ਮੈਂ ਇੱਕ ਗੱਲ ਦਾ ਕਹਾਂ ਤੇ ਪਰ ਇੱਕ ਗੱਲ ਹੈ ਕਿ ਜੇ ਤੁਸੀਂ ਲੋਨ ਖਾਣਾ ਤੇ ਮਿਰਚ ਖਾਣੀ ਜਾਣਦੇ ਜਣਾ ਕਿ ਮੈਨੂੰ ਲੱਗਦਾ ਵੀ ਤੁਹਾਨੂੰ ਮਿੱਠੇ ਤੇ ਤੁਹਾਨੂੰ ਬਹੁਤ ਘੱਟ ਸ਼ਿਕਨ ਹੋਗੇ ਫਿਰ ਕਿਉਂ ਕਿਉਂਕਿ ਤੁਸੀਂ ਖਰੀ ਗਾਂ ਲੱਕੋਗੇ ਵੀ ਆ ਯਾਰ ਮਿਰਚ ਸੀਗੀ ਇੱਥੇ ਮਿੱਠਾ ਖਾਓਗਾ ਤਾਂ ਨਹੀਂ ਯਾਰ ਇੱਥੇ ਫਿੱਕਾ ਸੀਗਾ ਮਿੱਠਾ ਹੋਰ ਪਾਓ ਅਹੀਂ ਅੰਡੇ ਖੇਖਰ ਹੋਣਗੇ ਤੇ ਨਾ ਪਰ ਜਦੋਂ ਕੋੜੀ ਜੀ ਖਾਓਗੇ ਕੋੜੀ ਗਏ ਹੋਗੇ ਤਾਂ ਕੋੜੀ ਸਸਤੀ ਸਦੀ ਕਲੀਅਰ ਪਤਾ ਲੱਗੂਗੀ ਵੀ ਯਾਰ ਕੀ ਕੋੜੀ ਹੈ ਮਿੱਠੀ ਨਾਲੋਂ ਤਾਂ ਇਹ ਇਸ ਮਿੱਠਾ ਘੱਟ ਹੈ ਹਾਂ ਸੋ ਇਹ ਖੇਖਰ ਹੁੰਦੇ ਐ ਤਰ੍ਹਾਂ ਦੇ ਪਗਾਂਡੇ ਬਹੁਤ ਲੋਕਾਂ ਦੇ ਹੁਣ ਦੁਨੀਆ 'ਚ ਕਿੰਨੀ ਗੱਲ ਕ ਪਰ ਯੂਥ ਦੇ ਅੱਗੇ ਕੀ ਆ ਅਨਪਲੋਇਮੈਂਟ ਜੌਬ ਨਹੀਂ ਆ ਗਈ ਤਾਂ ਭ੍ਰਸ਼ਟਾਚਾਰੀ ਆ ਤੇ ਸਾਰਾ ਕੁਝ ਹੈ ਏ ਟੂ ਜ਼ੈਡ ਸਿਸਟਮ ਹੈ ਵੀ ਕਿ ਮਰੇ ਬੇਮਕੀ ਜਿਹੜੇ ਵਿਚਾਰੇ ਪੜ੍ਹੇ ਲਿਖੇ ਹੋਏ ਉਹ ਵੀ ਕਹਿੰਦੇ ਵੀ ਆ ਪੜ੍ਹੇ ਲਿਖੇ ਜਿਆਦਾ ਹੋਗੇ ਆਵਾਜ਼ ਦੀ ਜਿਆਦਾ ਹੋਗੀ ਹੁਣ ਜੇ ਮੈਂ ਕਹਾਂ ਹੁਣ ਦੇਖੋ ਹਾਨੂੰ ਉੱਠਣਾ ਨਹੀਂ ਆਪਾਂ ਨੂੰ ਪੈਣਾ ਮੇਰੇ ਮੁਖੀ ਕਹਿੰਦੇ ਤੁਹਾਨੂੰ ਉੱਠਣਾ ਪੈਣਾ ਹੁਣ ਬੱਟਾ ਸਾਡੇ ਬੱਜਾ ਵਾਲਾ ਕਿਹਨੇ ਬੱਟਾ ਮਾਰਿਆ ਤੇ ਜਵਾਬ ਸਮਝੂ ਦੇਣਾ ਪੈਣਾ ਸਾਡੇ ਪਿਛਲੇ ਬੰਦੇ ਨਹੀਂ ਕਹੂਗਾ ਉਹ ਜੇ ਉਹਨੂੰ ਵੱਜੂਗਾ ਤੇ ਉਹ ਜਵਾਬ ਦੇਊਗਾ ਬੱਟੇ ਦਾ ਹਣਾ ਤੇ ਕਈ ਕਿਉਂ ਮਾਰਿਆ ਸਵਾਲ ਪੁੱਛੂਗਾ ਸਾਨੂੰ ਪ ਬੋਲ ਨਹੀਂ ਸਕਦਾ ਤੇ ਇੰਪ੍ਰੈਸ਼ਨ ਤੇ ਦੇ ਹੀ ਸਕਦਾ ਨਾ ਉਹ ਚੀਜ਼ ਆ ਆਪਾਂ ਇੰਪ੍ਰੈਸ਼ਨ ਨਹੀਂ ਦੇਣ ਦੇ ਅਹੀਂ ਤੇ ਉੱਪਰ ਆ ਕੱਚਾ ਜਾਤਰਾ ਕੇ ਬਹਿਣ ਵਾਲੇ ਬੰਦੇ ਜਿਹੜੇ ਇੱਕ ਰਿਪੋਰਟ ਪਾ ਕੇ ਆ ਗਏ ਬਸ ਇਹੀਂ ਤੇ ਬਸ ਪ੍ਰਧਾਨ ਬਣ ਗਏ ਆ ਉਹ ਤੇ ਸਾਡੇ ਨੌਕਰ ਆ ਸਰਕਾਰ ਹਨਾ ਸੋ ਇਹ ਆ ਉਹਨਾਂ ਤੇ ਕਹਿਣਾ ਸਾਡੀ ਸੇਵਾ ਕਰਾਂਗੇ ਜੇ ਵਕਤ ਨੇ ਸਿੱਖ ਕਰਦੇ ਹੋਣਗੇ ਪੇੜ ਨਹੀਂ ਗੱਲ ਨਹੀਂ ਕਰਦੇ ਹੋਣਗੇ ਤੁਹਾਨੂੰ ਮੁੱਕ ਦੀ ਗੱਲ ਵੀ ਅਹੀਂ ਆਪਣੇ ਨੂੰ ਕੁਝ ਕਰਨ ਦੇ ਅਹੀਂ ਆਪਣੀ ਕੋਈ ਨਹੀਂ ਕਰਨੀ ਤੇ ਫਿਰ ਆਪਾਂ 5 ਸਾਲ ਗੱਲਾਂ ਕੱਢਣੀ ਫਿਰ ਲੋਕ ਉਹਨਾਂ ਨੂੰ ਪਾ ਕੇ 250 ਰੁਪਏ ਦਾ ਨੈਟ ਪੈਗ ਫਿਰ ਉਹ ਗੱਲਾਂ ਸਹੀ ਆ ਵੀ ਆ ਪਹਿਰੇ ਉਹ ਵਹੀ ਸਿਸਟਮ ਆ ਗਿਆ ਕਹਿੰਦਾ ਵੀ ਭਾਈ ਤੁਹਾਡੇ 'ਚ ਵੀ ਆ ਗਏ ਨੇ ਹਾਂ ਇਹ ਚੀਜ਼ ਕਰਦੇ ਨੇ ਮੌਜਵਾਨੀ ਪਾਪਾ ਕਰਦੇ ਨੇ ਸਾਡਾ ਕੁਝ ਕਰਦੇ ਨੇ ਪਰ ਮੁੱਕ ਦੀ ਗੱਲ ਵੀ ਸਮਝਦਾਰੀ ਕਿਹਦੇ ਸਮੇਂ ਤੇ ਉੱਤੇ ਸਮਝਣਾ ਚਾਹੀਦਾ ਅੱਜ ਗੱਲ ਤਾਂ ਜਮ ਦਾ ਬੱਚਾ ਹੀ ਸਿਆਣਾ ਯਾਰ ਮੈਂ ਹੁਣ ਕਵਾਂਗਾ ਵੀ ਬੱਚਾ ਹੁਣ 30 ਸਾਲ ਤੱਕ ਹੋਊਗਾ ਤੇ ਫਿਰ ਸਮਝੂਗਾ ਨਹੀਂ ਯਾਰ ਐਦਾਂ ਤੇ ਨਹੀਂਗਾ ਸਾਡੇ ਤੋਂ ਪਹਿਲਾਂ ਸਮਝ ਜਾਂਦੇ ਬੰਦੇ ਤੇ ਸਾਡੇ ਤੋਂ ਚਾਹੇ ਸਮਝਦਾਰ ਮਿਲ ਜੀ ਸਾਨੂੰ ਘੱਟ عمر ਦੇ ਬੰਦੇ ਹਣਾ ਇਹ ਚੀ ਇੱਕ ਬ੍ਰਾਂਡ ਪਾਉਂਦਾ ਤਾਂ ਇੱਕ ਇਹ ਵੀ ਚਾਹਣਾ ਫਰਮ ਹੁੰਦਾ ਆਪਣੇ ਨੂੰ ਸੋਹਣਾ ਰੱਖਣਾ ਚਾਹੁੰਦਾ ਹੁਣ ਇਹ ਵੀ ਪਾ ਲੈਣੇ ਆਂ ਇਹ ਗੰਡਾ ਲੈਣੇ ਸਭ ਕੁਝ ਕਰ ਲਈਦਾ ਪਰ ਉਹਦੇ ਵਿੱਚ ਕਿਹਦਾ ਹੱਥ ਸੀਗਾ ਮਿਹਨਤ ਕਿੰਨੇ ਕੀਤੀ ਸੀ ਮੈਂ ਕੀਤੀ ਸੀ ਕਿੰਨੇ ਕੀਤੀ ਸੀ ਮੇਰੇ ਮਾਪਿਆਂ ਨੇ ਕੀਤੀ ਸੀ ਕਹਿੰਦੇ ਕਿਹਦੇ ਲਈ ਕੀਤੀ ਸੀ ਆਪਣੇ ਲਈ ਕੀਤੀ ਸੀ ਹੁਣ ਮੈਂ ਕਿ ਸਰਕਾਰ ਨੂੰ ਕਦੀ ਦੇ ਕੇ ਆ ਪੈਸੇ ਲੋ ਭਈ ਆਪ ਟੈਕਸ ਤਾਂ ਆਪ ਦੇਣ ਦੇ ਪਰ ਕਦੀ ਕੋਈ ਗਿਫਟ ਦੇ ਕੇ ਆ ਵੀ ਪਈ ਤੁਸੀਂ ਸਾਡੇ ਦੇਸ਼ ਲਈ ਬਹੁਤ ਵਧੀਆ ਕੀਤਾ ਆਪਾ ਅਪਰੀਸ਼ੀਏਟ ਵੀ ਬਹੁਤ ਘੱਟ ਕਰਦੇ ਕਿਸੇ ਬੰਦੇ ਨੂੰ ਸਕੂਲਾਂ ਚ ਪੰਜ ਸਾਲ ਸੜਾ ਦਾ ਕਰੀਦੇ ਆ ਆਪਾ ਜਦੋਂ ਛੋਟਾ ਬੱਚਾ ਹੁੰਦਾ ਨਾ ਪਹਿਲਾਂ ਸਕੂਲ ਚ ਪੜਦਾ ਲੱਗੇ ਜੀ ਪਰ ਉਸ ਤੋਂ ਬਾਅਦ ਜਦੋਂ ਥੋੜਾ ਬੱਚਾ ਵੱਡਾ ਹੁੰਦਾ ਫਿਰ ਹੁਣ ਏ ਬੀ ਸੀ ਸਿਖਾਉਂਦੇ ਊੜਾ ਐੜਾ ਆ ਈ ਡਾ ਸੱਸਾ ਕ ਖ ਗ ਹ ਸਾਰਾ ਸਿਖਾਉਂਦੇ। ਦਨੋਂ ਤੋਂ ਬਾਅਦ ਅੱਖਰ ਜੋੜ ਕੇ ਉਹਨੂੰ ਨਾਮ ਸਿਖਾਉਂਦੇ ਆ। ਬੇਟਾ ਆਹ ਤੇਰਾ ਨਾਮ ਸੀਗਾ। ਹਨਾ ਫਿਰ ਉਹ ਨਾਮ ਪੜ੍ਹਨਾ ਹੁੰਦਾ ਵਾਕਿਆ ਵਿੱਚ ਇੰਨਾ ਸੁਣਨਾ। ਫਿਰ ਉਸ ਤੋਂ ਬਾਅਦ ਉਹ ਅੱਗੇ ਜਾਂਦਾ ਵਾ। ਦਨ ਉਹਦੇ ਪਲੱਸ 2 ਤੱਕ ਜਦੋਂ ਜਾਂਦਾ ਉਹਨੂੰ ਸਾਰਾ ਦੁਨੀਆਦਾਰੀ ਹਿਸਟਰੀ ਸਾਰਾ ਕੁਝ ਪਤਾ ਲੱਗ ਜਾਂਦਾ। ਉਹ ਸੇ ਚੀਜ਼ਾਂ ਦੇ ਵਿੱਚ ਵੀ ਬੰਦਾ ਬੜੀਆਂ ਚੀਜ਼ਾਂ ਦੇ ਪਰਖਾ ਕਰਨ ਦਾ ਹੈ ਬੰਦਾ ਬਾਕੀ ਰੋਟੀ ਖਾਣ ਦਾ ਵੀ ਮੈਲਾ ਪਤਾ ਲੱਗ ਜਾਂਦਾ ਕਿ ਕਿਹੜੀ ਰੋਟੀ ਸਵਾਦ ਆ ਕਿਹੜਾ ਰੈਸਟੋਰੈਂਟ ਵਧੀਆ ਕਿਹੜਾ ਮੱਲਾ ਵਧੀਆ ਕਿਹੜੀ ਸਟੇਟ ਵਧੀਆ ਕਿਹੜੀ ਕੰਟਰੀ ਵਧੀਆ ਕਿੰਨੇ ਤਰ੍ਹਾਂ ਦੇ ਕੱਟਟਾ ਨਹੀਂ ਬੜਾ ਕੁਝ ਸਿੱਖਦਾ ਉਹ ਵੀ ਉਸ ਵਪੀਆ ਜਿਹੜੀ ਲੱਭਦੇ ਜਾ ਕੇ ਸਿੱਖਦਾ ਫਿਰ ਆਖਣ ਨੂੰ ਆ ਕੇ ਜੇਪੇ ਚ ਹੱਥ ਦੇ ਕੇ ਤੇ ਫਿਰ ਉਹ ਕਈ ਪ੍ਰੀਖਿਆ ਕਈ ਜਣ ਵੀ ਸਰਕਾਰਾਂ ਮਾਰੀਆਂ ਵਾ ਤੇ ਐਂ ਸਰਕਾਰਾਂ ਦੇ ਕੰਮ ਨਹੀਂ ਆਈ ਤੇ ਸਰਕਾਰਾਂ ਨੇ ਸਾਨੂੰ ਠੱਗ ਲਿਆ ਆਪਣਾਂ ਨਕੀ ਗੱਲਾਂ ਤੇ ਸਾਡੀ ਪੜਾਈ ਕਿੱਥੇ ਕੰਮ ਆਈ ਮੈਨੂੰ ਇਹ ਦੱਸੋ ਹਣਾ ਇੰਨਾ ਜੇ ਹੀ ਰਾਂਝਣ 12 ਸਾਲ ਦੇ ਪਿੱਛੇ ਮਭਾ ਵੀ ਕੀਤਾ ਅਦਕਲ ਤਿੰਨ ਟਾਈਮ ਲਾਇਆ ਤੂੰ ਪੜਾਈ ਪਿੱਛੇ ਟਾਈਮ ਨਾ 12 ਸਾਲ 12 ਕਰਨ ਨੂੰ ਟਾਈਮ ਲੱਗ ਜਾਣਾ ਉਹ ਲਾਲਕੀ ਜੀ ਯੂਕੇ ਜੀ ਤੇ 13 14 ਸਾਲ ਲੱਗੇ ਹਨ 13 14 ਸਾਲ ਤੇ ਹੋਣੇ ਕੰਨੇ ਜਾਂਦੇ ਨੇ ਮੇਰਾ ਇਹ 17 18 ਦਾ ਹੈ ਉਹ ਹੀ ਜਿਹੜਾ ਫਿਰ ਆ ਜਣੇ ਦੋਸਤੋ ਹੋਰ ਕਹਾਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚੰਦਬੀਰ ਸਿੰਘ ਢਿੱਲੋਂ ਦੇ ਨਾਲ ਸਾਡੇ ਭਾਈ ਮਹਿੰਦਰ ਰਾਣਾ ਕਿਦੋਂ ਭਾਈ ਠੀਕ ਆ ਵਧੀਆ ਵਧੀਆ ਮੌਸਮ ਆਸਮਨ ਤੇ ਮਿੱਤਰੋ ਹੁਣ ਆ ਇਦਾਂ ਹੀ ਗਰਮੀ ਆ ਗਈ ਆ ਤੇ ਗੱਲ ਇਦਾਂ ਆ ਵੀ ਜਿਹੜੇ ਸਾਰੇ ਆਪਣੇ ਬਾਹਰ ਸੌਣ ਵਾਲੇ ਬੰਦੇ ਨੇ ਸਭ ਤੋਂ ਪਹਿਲਾਂ ਧੰਨਵਾਦ ਮਿੱਤਰੋ ਤੇ ਜੇ ਤੁਸੀਂ ਮਿੱਤਰੋ OTT ਤੇ ਤੁਸੀਂ ਹੋ ਤੇ ਤੁਸੀਂ ਜਾ ਕੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਚੰਦਬੀਰ ਸਿੰਘ ਢਿੱਲੋਂ ਨਾ ਹੋ ਤੇ ਤੇ ਮੈਨੂੰ ਬਹੁਤ ਵਧੀਆ ਲੱਗੇਗਾ ਵੀ ਮੈਂ ਤੁਹਾਨੂੰ ਉੱਥੇ ਵੀ ਆਪਨਾ ਮੈਨੂੰ ਜਿਆਦਾ ਪਤਾ ਲੱਗੂਗਾ ਵੀ ਮੈਨੂੰ ਕੌਣ ਵੇਖਦਾ ਪਿਆ ਹਨਾ ਵੀ ਆਨਲਾਈਨ ਆਪਾਂ ਨੂੰ ਕਿੱਥੋਂ ਕਿੱਥੋਂ ਵੈਸੇ ਤੇ ਬਹੁਤ ਰੈਂਕਿੰਗ ਮੈਨੂੰ ਪਤਾ ਲੱਗ ਜਾਂਦੀ ਵੀ ਬਾਹਰ-ਬਾਰ ਦੇ ਲੋਕ ਆਪਾਂ ਨੂੰ ਵੇਖਣਦੇ ਆ ਸੁਣਨਦੇ ਸੋਰੀ ਤੇ ਤੁਸੀਂ ਦੇਖੇਂ ਦੇਖਣੇ ਵੀ ਜਾਓ ਵੀਡੀਓ ਤੇ ਆਪਣੇ ਉੱਤੇ ਦੇਖ ਸਕਦੇ ਆ ਅੱਜ ਦਾ ਸਾਡਾ ਜਿਹੜਾ ਮੁੱਦਾ ਦੋਸਤੋ ਮੁੱਦਾ ਸਾਡਾ ਇਹ ਆ ਵੀ ਜਿਹੜੀਆਂ ਆਪਾਂ 10 ਮਹੀਨਿਆਂ ਨੂੰ ਵੋਟਾਂ ਨਹੀਂ ਹੋਣੀਆਂ ਜਨੰਦਰ ਦੇ ਵਿੱਚ ਹਾਂ 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 ਉਹਦੇ ਤੇ ਗੱਲ ਕਰਨੀ ਵੀ ਸੀ ਇਸ ਰੌਟਾ ਟੋਟਾ ਕਰਾਂਗੇ ਆਪਾਂ ਮੈਂ ਕੋਈ ਸਕ੍ਰਿਪਟ ਵੀ ਨਹੀਂ ਲਿਖੀ ਇਸ ਚੀਜ਼ ਦੇ ਉੱਤੇ ਕਿਉਂਕਿ ਮੈਂ ਮੰਨਦੀ ਆ ਜਿਹੜੀ ਗੱ ਇਹ ਗੱਲ ਤਾਂ ਪਰਾਂਗੇ ਵਿੱਚ ਸਰਕਾਰ ਨੂੰ ਮਾੜਾ ਨਹੀਂ ਆਖਿਆ ਜਾਊਗਾ ਤੇ ਚੰਗਾ ਨਹੀਂ ਆਖਿਆ ਜਾਊਗਾ ਤੇ ਲੋਕਾਂ ਨੂੰ ਵੀ ਮਾੜਾ ਨਹੀਂ ਆਖਿਆ ਜਾਊਗਾ ਤੇ ਚੰਗਾ ਨਹੀਂ ਆਖਿਆ ਜਾਊਗਾ ਗੱਲ ਲੋਕੀ ਸਿਰਫ ਇਹ ਉੱਤੇ ਤੇ ਉੱਤੇ ਠੀਕ ਹੈ ਨਾ ਜੀ ਆਪਣੇ ਯੂਥ ਉੱਤੇ ਟੌਪਿਕ ਹੁੰਦੇ ਆ ਜਿਹੜੇ ਬਾਹਰ ਚੱਲ ਗਏ ਆਪਣੇ ਭਰਾ ਸੱਜਣਾਂ ਤੇ ਜਿਹੜੇ ਇੰਡੀਆ ਚ ਨੇ ਜਿਹੜੇ ਭਰਾ ਸੱਜਣ ਤੇ ਐਸੇ ਯੂਥ ਵੀ ਆ ਅਸੀਂ ਵੀ ਆਪਣਾ ਆਪੀਨੀਅਨ ਦੇਵਾਂਗੇ ਓਕੇ ਸਾਡੀ ਜਿੰਨੀ ਉਮਰ ਆ ਨਾ ਵਾਅਦੇਆਂ ਨਾ ਘਾਟਿਆਂ ਮੱਧਿਆਂ ਦੇ ਵਿੱਚ ਆ ਗਈ ਨਾ ਮੀਡੀਅਮ ਦੇ ਸਾਈਜ਼ ਤੇ ਆ ਗਈ ਆਪਣੀ ਉਮਰ ਸੋ ਅਸੀਂ ਅੱਜ ਨਾ ਬੋਲੇ ਤੇ ਸ਼ਾਇਦ ਮੈਨੂੰ ਲੱਗਦਾ ਕਿ ਘਰ ਘਰ ਚੋਂ ਮ ਗਿਆ ਬੰ ਸੋਹਣ ਰਾਬਦੀ ਖੈਰ ਮੀਚ ਲੋ ਵਧੀਆ ਆਪਣੇ ਬੈਗਾ ਪਲੈਟਫਾਰਮ ਤੇ ਆਪਾਂ ਥੋੜਾ ਬਾਤਾਂ ਦੇ ਬੋਲੀਏ ਸੁਪੈਨ ਚੰਗਾ ਮਾੜਾ ਨਾ ਕਹ ਸਕੀ ਬਸ ਇਨਾ ਕਰਖੇ ਯਾਰ ਪਰ ਮੈਨੂੰ ਲੱਗਦਾ ਵੀ ਚੰਗਾ ਮਾੜਾ ਕਹਾਂ ਬੰਦੇ ਦੀ ਗੱਲ ਆਈ ਵਾਕਏ ਬਹੁਤ ਮਾੜੇ ਆ ਆਪਾਂ ਸਰਕਾਰਾਂ ਨੂੰ ਮਾੜਾ ਕਹਿੰਦੇ ਆ ਆਪਾਂ ਵਾਕਏ ਹੀ ਬਹੁਤ ਮਾੜੇ ਕਿਉਂ ਮਾੜੇ ਆਪਾਂ ਇਹਨਾਂ ਨੂੰ ਆਪ ਪਤਾ ਕਰਨਾ ਪੈਣਾ ਆਪਣੇ ਆਪ ਚੋਂ ਸਾਨੂੰ ਕੇ ਪਤਾ ਨਹੀਂ ਬੰਦੇ ਨੇ ਦੱਸਣਾ ਨਹੀਂ ਹੁਣ ਮੇਰੇ ਚ ਕੋਈ ਮਾੜਾ ਹੋਊਗਾ ਮੈਂ ਬਾਈ ਜੀ ਤੁਹਾਡੇ ਕੋਲ ਕਾਈ ਜਾਊਗਾ ਤੇ ਉਹ ਮੈਨੂੰ ਤੇ ਮੈਨੂੰ ਪਤਾ ਨਾ ਮੇਰੇ ਚ ਮਾੜਾ ਕੋਈ ਨਹੀਂ ਤੁਹਾਡੇ ਨੂੰ ਨਹੀਂ ਪਤਾ ਤੁਹਿਆ ਆਖਣਾ ਯੂ ਆ ਉਹ ਮਾੜਾ ਉਹਨਾਂ ਕੰਦੇ ਨਗਰੀ ਦਾ ਸਾਹਮਣੇ ਆਵੇ ਸਾਹਮਣੇ ਆਣਾ ਪਰ ਕਿਸੇ ਮਾਰੀ ਵਜ੍ਹਾ ਦੇ ਨਾਲ ਸਾਹਮਣੇ ਆਊਗਾ ਵੀ ਜੇ ਇਸ ਹਿਸਾਬ ਨਾਲ ਤੂੰ ਵੀ ਮੇਰੇ ਤੋਂ ਐਸਾ ਟੁੱਟੇਗਾ ਵੀ ਤੂੰ ਟੁੱਟ ਜਾਣਾ ਤਾਂ ਹਾਂ ਬਾਈ ਯਾਰ ਆ ਗੱਲ ਨਹੀਂ ਚੰਗੀ ਈ ਸੀ ਤੋ ਹਾਂ ਬੇਸ ਗੱਲ ਚੰਗੀ ਨਹੀਂ ਕੀਤੀ ਇਸ ਤਰ੍ਹਾਂ ਆਪਾਂ ਟੁੱਟਦੇ ਆਂ ਫੇਰ ਅਹੀਂ ਕਹਿੰਦੇ ਵੀ ਅਹੀਂ ਆ ਆ ਕਿ ਪੇਜ ਤਰ੍ਹਾਂ ਦੇ ਆਡੇ ਤੇ ਦੁੱਖ ਲੰਗੇ ਆ ਹਣਾ ਵੀ ਐ ਚੀਂ ਲੰਗੇ ਉਸ ਦਿਤੇ ਗੱਲ ਕਰਨੀ ਨਹੀਂ ਮੈਨੂੰ 10 ਤਰੀਕ ਨੂੰ ਨਚੋਣਾ ਵਾ ਸਭ ਤੋਂ ਪਹਿਲਾਂ ਤਾਂ ਪਾਰਟੀਆਂ ਨਾਮ ਦਾ ਕੋਈ ਜਿਹੜੀ ਚੀਜ਼ ਲਿਖੀ ਆਪਾਂ ਤੇ ਕਾਂਗਰਸ ਪਾਰਟੀ ਹੈ ਇਹਦੇ ਵਿੱਚ ਆ ਇੰਡੀਪੈਂਡੈਂਟ ਪਾਰਟੀ ਵੀ ਹੈਗੀ ਪੰਜਾਬ ਨੈਸ਼ਨਲ ਪਾਰਟੀ ਆ ਭਾਰਤੀ ਜਨਤਾ ਪਾਰਟੀ ਆ ਆ ਪਾਰਟੀ ਹੈ ਨਾ ਵੀ ਆਮ ਆਮਦਨੀ ਪਾਰਟੀ ਹੈ ਨਾ ਸੌਰੀ ਤੇ ਸ਼ਰੋਗਨੀ ਕਾਲੀ ਦਲ ਪਾਰਟੀ ਸਮਾਜਵਾਦੀ ਪਾਰਟੀ ਪੰਜਾਬ ਕਿਸਾਨੀ ਦਲ ਭਾਜਪਾ ਵੀ ਹੈਗੀ ਹੈ ਟੋਟਲ ਕਿੰਨੀ ਪਾਰਟੀਆਂ ਆ ਕੈਲੋ ਨੂੰ ਬਈ ਜਿਤਨਾ ਹੁਣ ਤਾਂ ਮੈਂ ਦੇ ਸਮਾਂ ਪਾਪੂਲੇਸ਼ਨ ਆਪਣੀ ਪਹਿਲੇ ਨੰਬਰ ਤੇ ਆ ਗਈ ਹੈ ਇੰਡੀਆ ਦੇ ਇੰਡੀਆ ਦੀ ਪਾਪੂਲੇਸ਼ਨ ਨਾਲ ਵੱਲ ਤੇ ਪਹਿਲੇ ਨੰਬਰ ਤੇ ਅਸਾਂ ਨਿਕਾਟ ਹੀ ਗਏ ਜੀ ਇੰਨਾ ਵੀ ਇਹਨਾਂ ਦਾ ਤਾਂ ਉਹ ਕੈਸੇ ਪਾਸੇ ਕਹਿੰਦਾ ਨਾ ਮੀਨਸ ਦੇ ਉੱਤੇ ਆਪਾਂ ਵੇਲੋ ਇਹ ਵੀ ਨੰਬਰ ਤੇ ਪਹਿਲੇ ਨੰਬਰ ਤੇ ਜਾਣਾ ਆਪਾਂ ਵੀ ਮੀਮਸ ਵੀ ਬਣਾਏਗਾ ਨਾ ਪਹਿਲੇ ਨੰਬਰ ਤੇ ਜਦੋਂ ਆਪਾਂ ਸਾਣਾ ਬੰਦ ਕਰਤਾ ਨਾ ਸਮਝਦਾਰੀ ਸ਼ੁਰੂ ਕਰਤੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਫਿਲਮਾਂ ਵੀ ਹਾਸੇ ਮਸਕੋਲਾ ਨਹੀਂ ਤਾਂ ਹੀ ਬਣਦੀਆਂ ਵੀ ਕਿਉਂਕਿ ਆਪਾਂ ਉਹ ਹੀ ਦੇਖਣਾ ਪਸੰਦ ਕਰਦੇ ਹਾਂ ਮਾੜੇ ਮਾਹੌਲੇ ਉਸਾਂ ਦਾ ਕਰਦੇ ਵਧੀਆ ਦੇਖਣੀਆਂ ਚਾਹੀਦੀਆਂ ਹਨ ਐਂਟਰਟੇਨਮੈਂਟ ਜ਼ਰੂਰੀ ਆ ਬਟ ਆ ਇੱਕ ਖੁਸ਼ੀ ਵੀ ਜ਼ਰੂਰੀ ਹੈ ਕਿ ਤਰੀਕੋ ਬਣਾਉਂਦੇ ਐਂਟਰਟੇਨਮੈਂਟ ਲਈ ਬਟ ਅਸੀਂ ਕੀ ਆਪਾਂ ਆਪਣੇ ਅੰਦਰ ਲੈ ਲੈਣੇ ਆ ਵਾਕਈ ਮੈਰਿਜ ਵੀ ਕਿਰਦਾਰ ਹੈਗਾ ਮੈਂ ਵੀ ਉਹ ਚੀਜ਼ ਹੈਗਾ ਫੋ ਇਸ ਤਰੀਕੇ ਨਾਲ ਹੁਣ ਜਿਤਨਾ ਇਹਨਾਂ ਦੇ ਰੀਨਾਂ ਦੇਖਦੇ ਹੋ ਤੇ ਉਹਨਾਂ ਬਾਈ ਲੋਕਾਂ ਦੇ ਵਿਚਾਰਿਆਂ ਬੜੇ ਹੋਰਤਾਂ ਦੇ ਹੁਣ ਆਹ ਨੂੰ ਵੀ ਕਮੈਂਟ ਆਈ ਜਾਂਦੇ ਕੋਈ ਚੱਕਰ ਨਹੀਂ ਪਰ ਆਪਾਂ ਬੜੇ ਵਧੀਆ ਤਰੀਕੇ ਨਾਲ ਜਵਾਬ ਦੇਈ ਬਾ ਵੀ ਕਿਹਨ ਮਾੜਾ ਨਹੀਂ ਕਹੀਦਾ ਚੇਮ ਚੰਗਾ ਨਹੀਂ ਕਹੀਦਾ ਮਾੜਾ ਕਹਿ ਸਕਦੇ ਆ ਤੇ ਆਪਦੀ ਵੀ ਕਹਿੰਦੇ ਮਾੜਾ ਹੀ ਹੈਗੇ ਸਾਡੀ ਜਿਹੜ ਹਣਾ ਵੀ ਆਈਂ ਲੂੰ ਖਾ ਕੇ ਬਈਨੇ ਨੇ ਵੀ ਭਾਈ ਇੱਕ ਦਿਨ ਆ ਕੋੜੇ ਲੱਗਣ ਆ ਫਸਣ ਹੁਣਾ ਵੀ ਲੋਨ ਵਿੱਚ ਦੱਬ ਗਈ ਭੁੰਨ ਗਈ ਗਾਨੇ ਸਿੱਧੀ ਜਿਗਰ ਵੀ ਥੋੜਾ ਮਾੜਾ ਕਵਾਂਗੇ ਆਪਣੇ ਆਪ ਪਹਿਨੇ ਕਹਿੰਦੇ ਨੇ ਆਪ ਐਸਲੀ ਸੋ ਦੂਸਰੀ ਗੱਲ ਹੈ ਵੀ ਲੋਕਾਂ ਨੂੰ ਵਾਕਿਆਰ ਕਦੀ ਚੰਗਾ ਨਹੀਂ ਲੱਗ ਸਕਦਾ ਹਣਾ ਵੀ ਮੈਂ ਇੱਕ ਗੱਲ ਲਗਾਉਂਦੇ ਪਰ ਇੱਕ ਗੱਲ ਹੈਗੀ ਅਗਰ ਤੁਸੀਂ ਲੋਨ ਖਾਣਾ ਤੇ ਮਿਰਚ ਖਾਣੀ ਜਾਣਦੇ ਜਣਾ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਮਿੱਠੇ ਤੇ ਤੁਹਾਨੂੰ ਬਹੁਤ ਘੱਟ ਸਕੀਨ ਹੋਗੇ ਫਿਰ ਕਿਉਂ ਕਿਉਂਕਿ ਤੁਸੀਂ ਖਰੀ ਗਾਂ ਲੱਕੋਗੇ ਵੀ ਆ ਯਾਰ ਮਿਰਚ ਸਹੀ ਹੈ ਇੱਥੇ ਮਿੱਠਾ ਖਾਓਗਾ ਤਾਂ ਨਹੀਂ ਯਾਰ ਇੱਥੇ ਫਿੱਕਾ ਸੀਗਾ ਮਿੱਠਾ ਹੋਰ ਪਾਓ ਅ ਪਰ ਜੀ ਦੋ ਕੋੜੀ ਜੀ ਖਾਓਗੇ ਕੋੜੀ ਗਏ ਹੋਗੇ ਤਾਂ ਕੋੜੀ ਸਸਤੀ ਸਦੀਕ ਨੇ ਪਤਾ ਲੱਗੂਗੀ ਵੀ ਯਾਰ ਇਹ ਕੀ ਕੋੜੀ ਹੈ ਮਿੱਠੀ ਨਾ ਕੋਈ ਇਸ ਮਿੱਠਾ ਘਾਟ ਹੈ ਹਾਂ ਸੋ ਇੱਕ ਖੇਕਰ ਹੁੰਦੇ ਐ ਤਰ੍ਹਾਂ ਦੇ ਫਗਾਂਡੇ ਬੋ ਲੋਕਾਂ ਜੀ ਤਾਂ ਹੀ ਫਿਰ ਸਰਕਾਰਾਂ ਨੂੰ ਕਿਉਂ ਮਾਣਾ ਕਰਦੇ ਸਭ ਤੋਂ ਪਹਿਲਾਂ ਤਾਂ ਇਹ ਆਖੂਗਾ ਵੀ ਮਾਣਾ ਕਿਉਂ ਆਖਣਦੇ ਆਪਾਂ ਨੂੰ ਹੁਣ ਪਰ ਸਭ ਵੋਟਾਂ ਕਿੰਨੀਆਂ ਪਾਰਟੀਆਂ ਦਾ ਨਾਮ ਲੈ ਹਾਲੀ ਹੋਰ ਵੀ ਸੀਗੇ ਮੈਂ ਸੋ 8 ਦੇ 9 9 ਦਿਖਿਆ 9 ਨੇ 12 4 ਪਰ ਕਿੰਨੇ ਖੜੇ ਨੇ ਇਹਨਾਂ ਦੇ ਬੰਦੇ ਦਾ ਬਹੁਤ ਖੜੇ ਹੋਣੇ ਨੇ ਵੀ ਹਾਂ ਤੇ ਉਹਨਾਂ ਪਿਛੇ ਆ ਡਰ ਕੇ ਕਿੰਨੇ ਖੜੇ ਹੋਣੇ ਹਾਂ ਜੀ ਜਿਤਾਵਾਂਗੇ ਜਿਤਾਵਾਂਗੇ ਉਹ ਪ ਹੁਣ ਇੰਥੇ ਸੀਰੀਅਸ ਤੇ ਰੇਟ ਚੈੱਕ ਕਰੀਏ ਤੇ ਇੰਡਸਟਰੀਸ ਵਿੱਚ ਕਿ ਅਨਪੜਤਾ ਪਾ ਚੈੱਕ ਕਰੀਏ ਤੇ ਤੁਹਾਡੇ ਸਾਹਮਣੇ ਤਿੰਮਾ ਚੱਲਦਾ ਹੈ ਬਾਈ ਤੁਹਾਡੇ ਸਾਹਮਣੇ ਕਿੰਨੀ ਗਾ ਅਮਾਚੀ ਕਿੰਨੀ ਗਾ ਅਨਪੜਤਾ ਹੋ ਗਈ 15% ਹੋ ਗਏ ਜੇ ਟੋਟਲ ਜਾਣ ਪੜਿਆ ਹਾਂ ਪਰ ਉਹ ਚੋਂ ਅਨਪੜ ਬੰਦਾ ਵੀ ਤੇ ਕੰਮ ਤੇ ਕਰਦਾ ਉਬਰੋਜਗਾਰ ਦਿੰਦਾ ਬਰੋਜਗਾਰੀ ਕਿ ਕਿ ਬਰੋਜਗਾਰੀ ਤੇ ਲਾਲ ਲਾਲ ਨਾ ਸਾਰੇ ਅਮਪਲੋਇਮੈਂਟ ਉਹਦਾ ਲਾਨੀ ਕਿ ਲੋ ਮਰਿ ਜਾਂ ਲਾਸਟ ਟੋਪਿਕ ਆ ਹੁਣ ਦੇਖੋ ਅਨਪੜਤਾ ਜਿਹ ਅਨਪੜਤਾ ਪੈਦਾ ਹਿੱਥੇ ਬਰੋਜਗਾਰੀ ਪੈਦਾ ਹੋਣ ਥੋੜਾ ਟਾਈਮ ਨਹੀਂ ਲੱਗਦਾ ਉਹਨੂੰ ਮਿੰਟਾਂ ਚ ਪੈਦਾ ਹੋ ਜਾਂਦਾ ਕਿ ਫੋਕੇ ਜਾਣਾ ਬੂਟਿਆਂ ਨੂੰ ਤੇ ਹੁਣ ਆਪੇ ਸਾਹਮਣੇ ਪੈਸਾ ਕਰਾਉਣ ਨੂੰ ਬਾੜਾ ਕਹਿੰਦੇ ਆ ਅੱਡਿਆ ਹੱਥਿਆ ਬਾਈ ਦੋ ਇਹ ਦਾਦਰੀ ਨੂੰ ਵਰਤੇ ਜਾਣੇ ਆ ਇਹ ਫੇਰ ਵਰਤੇ ਜਾਣੇ ਆ ਪੰਜਾਂ ਨਾਲ ਬਾਦ ਉਹ ਹਨਾ ਉਹ ਇਦਾਂ ਕਿ ਦਾਦਰੀ ਨੂੰ ਅਸੀਂ ਵੋਟ ਪਾਤੀ ਫੇਰ ਅਸੀਂ ਵੋਟ ਪਾਤੀ ਤੇ ਫੇਰ ਅਸੀਂ ਐ ਕਰਕੇ ਕੱਚਾ ਹੱਥ ਲੈ ਲੈਣੇ ਫਿਰ ਪੰਜ ਸਾਲ ਗਾਲਾਂ ਕੱਢਣੀਆਂ ਸਰਕਾਰ ਨੂੰ ਵੀ ਤੁਸੀਂ ਆ ਨਹੀਂ ਕੀਤਾ ਤੁਸੀਂ ਉਹਨਾਂ ਨੇ ਕੀਤਾ ਬੰਦਾ ਪਛੇ ਵੀ ਜੇ ਹੱਥ ਖੋਲ੍ਹੋ ਛੱਤ ਨੂੰ ਕਰ ਲੋ ਗਾਲਿਆ ਦੀ ਮਤਲਬ ਬੋਰਡ ਦਾ ਤੁਸੀਂ ਪਾਣ ਜਾ ਰਹੇ ਤੁਹਾਡੀ ਬੰਦੇ ਜਿੱਤ ਕੇ ਆਟੇ ਚ ਫਤਰਤ ਹੈ ਨਾ ਇਹ ਚੀਜ਼ ਵੀ ਆਈ ਆ ਟੱਚ ਕੱਚਾ ਜਾਂਤ ਲੈਣੇ ਆਪਾਂ ਬੋਰਡ ਪਾਤੀਆਂ ਪੰਜ ਕਰੋੜ ਦੀ ਵੋਟ ਪਾਈ ਵੀ ਸਾਡੇ ਹੱਥ ਬਹੁਤ ਕੀ ਤੀਜੀ ਪਾਈ ਤੇ ਮੋੜ ਪਾਤੇ ਉਹਨਾਂ ਦੇ ਘਰੇ ਦਾਲ ਬਿਆਵੇ ਚੌਲ ਬਿਆਵੇ ਰੋਟੀ ਬਿਆਵੇ ਪੀਜਾ ਬਿਆਵੇ ਸਾਨੂੰ ਸਰਕਾਰ ਮੂੰਹ ਚ ਪਾ ਕੇ ਜਾਵੇ ਸਾਡੇ ਅਸੀਂ ਨਹੀਂ ਕੁਝ ਕਰਨ ਅਸੀਂ ਆਏ ਬੈਠੇ ਸਵਾਦ ਜੀ ਜੀ ਤੂੰ ਨੌਜਵਾਨ ਤਾਂ ਆਏ ਬੈਠਾ ਭਾਈ ਜਿੱਦਾਂ ਮੈਂ ਤੇਰੇ ਸਾਹਮਣੇ ਬੈਠਾ ਭਾਈ ਨੌਜਵਾਨ ਹਣਾ ਤਮ ਆਡੇ ਮਾਪੇ ਕਹਿੰਦੇ ਕੁਝ ਕਰਨਾ ਭਾਈ ਕਰਨਾ ਕਰ ਉਹ ਕਹੋ ਨਹੀਂ ਕੋਈ ਸਰਕਾਰ ਕੋਈ ਚੰਗੇ ਹੋਊਗੀ ਉਹ ਕਰੂਗੀ ਉਹ ਕਹਿੰਦੇ ਵੀ ਸਾਡਾ ਕੋਈ ਆਪਣਾ ਨੌਜਵਾਨ ਕਰੇ ਤੇ ਫਿਰ ਹ ਹੁਣ ਨੌਜਵਾਨ ਹੁਣ ਇਹਨਾਂ ਕਈਆਂ ਦੇ ਸਵਾਲੇ ਹੋਣਗੇ ਵੀ ਯਾਰ ਕਰਨ ਵੀ ਡੇ ਆ ਪਰ ਸਰਕਾਰ ਤੇ ਆਢੀ ਸੁਣਨ ਨਹੀਂ ਦਈ ਹੁਣ ਦੇਖੋ ਸੁਣਨ ਕਿਉਂ ਨਹੀਂ ਦਈ ਕਿਉਂਕਿ ਅਸਲ ਤਾਂ ਗੱਲ ਹੀ ਨਹੀਂ ਪਹੁੰਚੀ ਕਿਉਂ ਨਹੀਂ ਪਹੁੰਚੀ ਸਭ ਸਰਕਾਰ ਤੱਕ ਪਹੁੰਚਣ ਲਈ ਤੁਹਾਨੂੰ ਕਿੰਨਾ ਟਾਈਮ ਲੱਗਦਾ ਵੇਖੋ ਬਾਹਰ ਸਿਕਿਉਰਟੀ ਲੱਗਦੀ ਗੱਡੀਆਂ ਅੰਦਰ ਪੁਸ਼ਪੜਤਾਲ ਚੈਕਿੰਗ ਬੁੱਕ ਕਰ ਫਿਰ ਕਿਹਾਂ ਅੰਗ ਸਰਕਾਰ ਤੱਕ ਪਹੁੰਚਿਆ ਜਾਂਦਾ ਹੁਣ ਇੰਨਾ ਜੀ ਕਰਪਸ਼ਨ ਹੈ ਬਾਈ ਜੀ ਉਹ ਸਾਡੇ ਦੇ ਲੋਕ ਨੇ ਕਿਵੇਂ ਨਾ ਇਨਟਰੈਂਸ ਹੀ ਨਹੀਂ ਨਹੀਂ ਜਾਣੇ ਕੋਈ ਸਮਾਂ ਇੰਤਣੇ ਵਾਰਗਣਾ ਨਾ ਸਾਡੇ ਵਾਰ ਇਹ ਯਾ ਭਾਈ ਡਾਕਟਰ 100 100 ਰੁਪਏ ਲੈ ਲਾ ਮੰਨ ਕੇ ਜਾਣ ਦੇ ਮਣਿਆ ਉਹ ਜਾਂਦੇ ਨੇ ਉਹਨਾਂ ਨੇ ਐਤਾ ਹੁੰਦਾ ਯਾਰ ਕਰਪਸ਼ਨ ਹਰ ਜਗ੍ਹਾ ਹੈਗੀ ਆ ਤੇ ਉਹ ਸਾਡੇ ਅੰਗੇ ਲੋਕ ਕਰਦੇ ਤੇ ਮਾੜਾ ਕੋਣ ਅਜਿੰਦੇ ਸਰਕਾਰ ਵੱਜੰਦੀ ਮਾੜੀ ਫਿਰ ਆਪਾਂ ਕਿਉਂ ਕਹਿੰਨੇ ਆ ਵੀ ਸਰਕਾਰ ਪਈ ਮਾੜੀ ਫਿਰ ਅਸੀਂ ਤੇ ਫਿਰ ਸਰਕਾਰ ਨੂੰ ਚੰਗਾ ਕਹਾਂਗੇ ਨਾ ਮੈਂ ਤੇਨੂੰ ਚੰਗਾ ਹੀ ਕਹੂੰ ਭਾਈ ਵੀ ਭਾਈ ਉੱਥੇ ਮੋਨ ਮਿਲਣ ਨੂੰ ਤਾਂ ਕਿਹਨੇ ਰੁਪਈਆ ਦਿੱਤਾ ਨਹੀਂ ਵੀ ਤੂੰ ਐਨੇ ਪੈਸੇ ਲੈ ਲਾ ਢੇ ਪਰੇ ਬੋਲ ਦੇ ਨਾ ਮਕੇ ਪੌਂਟੀ ਬਾਰੇ ਬੋਲਣ ਲੱਗਾ ਤੇ ਦੀ ਗੱਲ ਵੀ ਮੈਂ ਦੇ ਆਪਣੇ ਸਿਸਟਮ ਹੈ ਜਿੱਥੇ ਤੱਕ ਵੀ ਮੇਰੇ ਯਾਰ ਕਦੀ ਸਰਟੀਫਿਕੇਟ ਜਿਹਦੇ ਮੈਂ ਸਰਟੀਫਿਕੇਟ ਨਹੀਂ ਜਿਹੜੇ ਮੈਂ ਕੰਮ ਕਰਨਾ ਮਨ ਤੱਕ ਸਰਟੀਫਿਕੇਟ ਦੇ ਥਰੂ ਬਦੀ ਨੌਕਰੀ ਮਿਲਣੀ ਹਾਂ ਮੈਂ ਪੜਿਆ ਸਕੂਲ ਦੇ ਵਿੱਚ ਠੀਕ ਹੈ ਪਰ ਮੈਨੂੰ ਸਰਟੀਫਿਕੇਟ ਦੇ ਥਰੂ ਬਦੀ ਨੌਕਰੀ ਮਿਲਣੀ ਮੇਰੇ ਲਈ ਸਰਟੀਫਿਕੇਟ ਇਜ਼ ਅ ਵਰਕ ਇਜ਼ ਅ ਪੇਪਰ ਹੈ ਨਾ ਮੈਂ ਵਰਕ ਕੀਤਾ ਆਪਣੇ ਕੰਮ ਦੇ ਰਿਲੇਟਿਡ ਮੇਰੇ ਕੰਮ ਤੋਂ ਹੀ ਪਛਾਣ ਕੇ ਮੇਰੀ ਜੋਬ ਮਿਲੀ ਮੈਂ ਆਪਣੇ ਕੰਮ ਦੇ ਲਈ ਜਾਣਿਆ ਜਾਂਦਾ ਕਈ ਆਪਣੇ ਕੰਮ ਦੇ ਲਈ ਪਛਾਣੇ ਜਾਂਦੇ ਜੀ ਹੈ ਨਾ ਕਿ ਹੁਣ ਉੱਤੇ ਸਧਮੂਸਾਂ ਦੇ ਮਦਰ ਤੇ ਫਾਦਰ ਵੀ ਆਏ ਸੀ ਦੇ ਉਹਨਾਂ ਨੇ ਵੀ ਧੰਨੇ ਤੋਂ ਲੈ ਵੀ ਕਹਿੰਦੇ ਵੀ ਆ ਹੋ ਮੇਰੇ ਹਿਸਾਬ ਨਾਲ ਯਾਰ ਪਰ ਉਹਨਾਂ ਨੂੰ ਇੱਕ ਉਹਨੇ ਵੀ ਗਿਆ ਵੀ ਤੁਸੀਂ ਸਮਝਦਾਰੀ ਨਾ ਵਰ੍ਹ ਪਾਇਆ ਹੁਣ ਸਮਝਦਾਰ ਕਿੱਥੇ ਲਓ ਪਰ ਇਹ ਤਾਂ ਬੋਟ ਤਾਂ ਇੱਕ ਤਰ੍ਹਾਂ ਦਾ ਹੱਕ ਹੈ ਬੰਦਾ ਕਿਸੇ ਨੂੰ ਹੀ ਪਾ ਸਕਦਾ ਉਹਦਾ ਆਜ਼ਾਦੀ ਹੈ ਇਹ ਇਹ ਤਾਂ ਪਾ ਕੇ ਕੱਚਾ ਨਾ ਨੇ ਨੇ ਹੱਕ ਆਹੀ ਤੇ ਕਹਿ ਗਏ ਕਿ ਪੰਜਾ ਸਨ ਵਾਦਾ ਹੁਣ ਬਸ ਸਾਡੇ ਜੁੱਤੇ ਪਾਲਚ ਕਰ ਹੁਣ ਉਹ ਗੱਲ ਪਿਛਲੀ ਸੀ ਕਿ ਆਖੀ ਮੈਂ 200 ਰੁਪਏ ਦੀ ਇੱਥੇ ਪਰਚੀ ਲੱਗਣੀ ਵਈ ਜੀ ਉਹਨਾਂ ਸਰਕਾਰ ਥੋੜੀ ਆਉਗੀ ਬੇਟਾ ਦੀ ਪਰਚੀ ਕੱਟੋ ਜਾਂ ਆਂਟੀ ਅੰਕਲ ਦੀ ਪਰਚੀ ਕੱਟੋ ਹੁਣ ਇੱਕ ਦਫ਼ਤਰ 'ਚ ਜਾ ਕੇ ਥੋੜੀ ਆਖੂਗੀ ਹੁਣ ਸਾਡੇ ਅੱਗੇ ਉੱਥੇ ਬੰਦੇ ਬੈਠੇ ਜਿਹੜੇ ਕਹਿੰਦੇ ਕਣ ਕਿ ਸੇ ਇੱਕ ਗਲੀ ਚਾ ਚਾਰ ਗਲੀਆਂ ਚਾਰਾਂ ਗਲੀਆਂ ਨੂੰ ਗਰਾਂਟ ਮਿਲ ਜਾਂਦੀ ਐ ਵੀ ਇੱਥੇ ਵਧੀਆ ਛਣਕ ਲਾਓ ਵਧੀਆ ਛਣਕ ਰੋੜ ਇੱਥੇ ਪਾਰਕ ਵੀ ਖੋਲੋ ਹਾਂ ਫੋਰ ਤੁਸੀਂ ਜੋ ਵੀ ਮਨਸਾ ਹੋ ਸਕਦਾ ਉਹ ਇਥਾ ਥੜਾ ਬਣਾ ਦੋ ਬਜ਼ੁਰਗ ਸਾਹਿਬ ਬੈਠਣੇ ਵਾਸਤੇ ਬਹੁਤ ਵਧੀਆ ਲਾਦੋ ਕੋਈ ਕੁਛ ਕਰ ਦੋ ਕਰ ਦੋ ਉਹ ਦਿੰਦੀ ਆ ਹੁਣ ਖਾਡੇ ਦੀ ਸੋਚ ਮੇਰੇ ਸਮਝ ਮੇਰੇ ਹੱਥ ਕੋ ਕੰਟਰੈਕਟ ਆ ਗਿਆ ਮੈਂ ਇੱਕ ਹਸਾਬ ਦਾ ਉਹ ਕੀ ਕਹਿੰਦੇ ਨੇ ਇਹਨੂੰ ਇੰਜੀਨੀਅਰ ਹਾਂ ਫਰਮਾਹੂਗਾ ਯਾਰ ਬੇਟੇ ਕੋ ਬਾਹਰ ਸੈਟਲ ਕਰਤੇ ਆਂ ਤੋ ਐਸੇ ਕਰਤੇ ਹਾਂ ਇਸ ਵਾਰ 2 ਕਰੋੜ ਕੀ ਆਈ ਏ ਮਾਰੇ ਪਾਸ ਤੋ ਹਮ ਥਾਰਾ 20 ਲੱਖ ਉਸ ਵਿੱਚੋਂ ਗੈਪ ਕਰ ਦਦੇ ਤੇ ਫਿਰ ਅਗਲੀ ਵਾਰ 4 ਕਰੋੜ ਕੀ ਆਤੀ ਹੈ ਤੋ ਫਿਰ 4 ਕਰੋੜ ਗੈਪ ਹੋ ਜਾਂਦਾ ਹੈ ਤੇ ਫਿਰ ਅਸੀਂ ਫਿਰ ਕ腐ਸ਼ਨ ਦੁਬਾਰ ਨਹੀਂ ਹੁੰਦੇ ਕਦੀ ਵੀ ਤੇ ਹੁਣ ਕਿਨੇ ਚੂਨਾ ਲੱਗਣ ਡਿਆ ਸਾਡੇ ਲੋਕਾਂ ਨੂੰ ਆਈ ਕਿਨੂ ਬਾੜਾ ਕਹਨੇ ਪੰਜ ਦਵੇਲਾ ਦੋ ਉਹਨਾਂ ਨੇ ਫਿਰ ਗਾਲਿ ਕਢਨੀ 20 ਮੇਂ ਵੇਲਾ ਆ ਪਗੜਵਾਸ ਕਿੱਥੇ ਹੋ ਗਰ ਹੋ ਜਾ ਵੀ ਗ੍ਰਾਂਡਵਾਸ ਕਿੱਥੇ ਹੋ ਤਾਂ ਸਗਾਨ ਨੇ ਮਾਰੀ ਕੀਤੀ ਤੇ ਵੇਲਾ ਪਹਿਣੀ ਲਾਇਦਾ ਗਲੀ ਬਣਾਈ ਆ ਕਹਿ ਗਏ ਫੋਨ ਤਾਂ ਬਣਾਈ ਨਹੀਂ ਦੀ ਯਾਰ ਉਹ ਗਲੇ ਦੇ ਇੱਕ ਨਹੀਂ ਦਿੰਦੀ ਯਾਰ ਉਹ ਬਾਨ ਵੱਖਰੀ ਉਦੋਂ ਧਰਨੇ ਲਾਓ ਪਰ ਇਹ ਧਰਨੇ ਉਦੋਂ ਆਈ ਧਰਨੇ ਸ ਕੋਲਾਂ ਦੇ ਘਰੇ ਇੱਥੇ ਜਾ ਕੇ ਲਾਉਣ ਹੁਣ ਧਰਨਾ ਜਦ ਲੱਗਦਾ ਹਫਤਾ ਲਾਈ ਦੋ ਹੁੰਦੀਆਂ ਜੇ ਸਭ ਕੁਝ ਹੁੰਦਾ ਕੌਣ ਬਰਬਾਦ ਹੁੰਦਾ ਸਭ ਤੋਂ ਪਹਿਲਾਂ ਤੇ ਗਰੀਬ ਤੋਂ ਵੀ ਗਰੀਬ ਬੰਦਾ ਜਿਹੜਾ ਜਿਹਨੇ ਧਰਨਾਂ ਲਾਇਆ ਅਸਕਰ ਉਹਦੀ ਜੇਬ ਚ ਰੋਟੀ ਪਾਣੀ ਦਾ ਹੋਊਗਾ ਨਾ ਰੋਟੀ ਪਾਣੀ ਚੋਗਾ ਖਰਚਾ ਦੇਊਗਾ ਉੱਤੇ ਚੱਲਾਂ ਮੈਂ ਮੇਰੇ ਕੋਲ ਪਾਸ ਦਾ ਖਰਚਾ ਆਏਗਾ ਮੇਰੇ ਕੋਲ ਧਰਨੇ ਤੇ ਬਹਿਣ ਚੋਗਾ ਖਰਚਾ ਆਏਗਾ ਰੋਟੀ ਪਾਣੀ ਆਏਗਾ ਇਹ ਮੇਰੇ ਦੀਪੋਤ ਕਮਾਉਣ ਦੇ ਸਿਸਟਮ ਹੈਗਾ ਉਹਨਾਂ ਚ ਫਸਿਆ ਕੌਣ ਹੈ ਆਮ ਬੰਦਾ ਜਿਹੜਾ ਸਾਈਕਲ ਤੇ ਜਾਂਦਾ ਵਿਚਾਰਾ ਜਾਂ ਤੋਪੇ ਹਣਾ ਉਹ ਚੀਜ਼ ਹੁਣ ਭਾਵੇਂ ਭਈਆ ਭਾਵੇਂ ਬਾਹਰ ਦੇ ਪ੍ਰਵਾਸੀ ਕੋਈ ਵੀ ਹੋਵੇ ਅਹੀਂ ਬਾਹਰ ਜਾ ਕੇ ਭਈਏ ਬਣਦੇ ਹੁਣ ਬਾਹਰ ਦਾ ਦੀ ਗੱਲ ਕਰਨੀ ਮੇਰੇ ਸਿੰਘ ਜਾਨਾ ਨੇ ਜਿੱਤੇ ਕੰਮ ਦੇ ਰਸਤੇ ਧੰਨ ਹੋ ਗਿਆ ਰੋਟੀ ਮਰ ਗਈ ਹਾਂ ਰੋਟੀ ਮਰ ਗਈ ਹਾਡੀ ਮਰਨੀ ਸਰਕਾਰ ਦੀ ਮਰਨੀ ਸਰਕਾਰ ਤੇ ਫਿਰ ਵੀ ਫੁੱਲ ਸਿਕਿਉਰਟੀ ਦੇ ਨਾਲ ਐ ਟੋਰਾ ਟੱਪੇ ਨਾ ਨਿਕਲੂਗੀ ਪਰ ਰੋਡ ਖਾਲੀ ਚਾਹੀਦਾ ਕਾਹਦੇ ਮੈਂ ਮਗਰ ਚਾਹੀ ਡਾਈਨਿੰਗ ਟੇਬਲ ਤੇ ਬੈਠ ਕੇ ਰੋਟੀ ਖਾਣੀ ਹਾਂ ਤੇ ਨਹੀਂ ਮੜਿਆ ਯਾਰ ਉਹਨੇ ਆਪਣਾ ਕੰਮ ਨਿਭਾਇਆ ਉਹ ਤੁਹਾਨੂੰ 5 ਸਾਲ ਦੀ ਆਏ ਉਹਨੇ ਤਾਂ ਦੇਖ ਯਾਰ ਮੈਨੂੰ ਕੋਈ ਚੀਜ਼ ਚਾਹੀਦੀ ਹੋਗੀ ਸਮਝ ਮੈਨੂੰ ਕਿਆ ਚੀਜ਼ ਦਾ ਲਾਲਚ ਹੋਗਾ ਤੇਰੇ ਚੋਂ ਲਾਲ ਟੀਵੀ ਚੱਲ ਉਹ ਸਰਕਾਰ ਵੀ ਆ ਗਈ ਉਹਨੇ ਲਾਲ ਚ ਦੇਣਾ ਹੁਣ ਸਪੋਜ਼ ਇੱਕ ਦੁਕਾਨ ਦੇ ਵਿੱਚ ਹੁਣ ਜਿ ਤਰਾ ਸਾਰੀ ਦੁਕਾਨ ਹੈ ਪਾਰਟੀਆਂ ਦੇ ਨਾਮ ਦੁਕਾਨ ਹੈ ਦੁਕਾਨ ਦੇ ਵਿੱਚ ਸੌਦਾ ਰੱਖਣਗੇ ਆਪਾਂ ਦੁਕਾਨ ਆਪਾਂ ਜਿ ਤਰਾ ਮੁਹੱਲਾ ਮਹੱਲੇ ਨੇ ਵੋਟ ਪਉਣੀ ਮਹੱਲੇ ਚ ਚੋਣਾਂ ਹੁੰਦੀਆਂ ਹਨ ਤੇ ਸ਼ਹਿਰ ਚ ਚੋਣਾਂ ਜੇ ਦੇ ਆਪਰਾ ਸਟੇਟ ਚ ਚੋਣਾਂ ਹੁੰਦੀਆਂ ਉਹ ਦੁਕਾਨ ਹੈ ਸਟੇਟ ਉਹਦੇ ਵਿੱਚ ਪਾਰਟੀਆਂ ਆਈਆਂ ਵੀ ਆਪਾਂ ਤੁਹਾਨੂੰ ਇੱਕ ਬਾਇਓਨ ਜੈੱਟ ਬੰਨ ਫ੍ਰੀ ਦਿੰਨੇ ਆ ਆ ਦੇਨੇ ਉਹਦੇ ਨੇ ਦੁਕਾਨ ਦੇ ਵਿੱਚ ਸੌਦਾ ਨਵਾਂ ਨਵਾਂ ਵੀ ਇੱਕ ਸੈਂਪਲ ਉਹ ਆ ਤੁਹਾਨੂੰ ਫ੍ਰੀ ਮਿਲੂਗਾ ਆ ਬੋਤਲ ਨੂੰ ਆ ਫ੍ਰੀ ਮਿਲੂਗਾ ਅਸੀਂ ਲਾਲਚ ਕਰ ਲੈਨੇ ਉਹ ਭਾਵੇਂ 300 ਰੁਪਏ ਦੀ ਡੱਬੀ ਹੋਵੇ 300 ਰੁਪਏ ਦੀ ਡੱਬੀ ਨਾਲ 50 ਰੁਪਏ ਦੀ ਇੱਕ ਡੱਬੀ ਫਰੀ ਦਿੰਦਾ ਹੋਵੇ ਤਾਂ ਦੂਸਰਾ ਸਾਨੂੰ ਭਾਵੇਂ ਸਸਤਾ ਪੈਂਦਾ ਹੋਵੇ ਆਪਾਂ ਭਾਵੇਂ ਵਰਤੋਂ ਦੂਜਾ ਕਾਰਨ ਹੋਵੇ ਪਰ ਨਹੀਂ ਬਾਇਵਨ ਗੱਟਵਾਨਾ ਪਿਆਰ ਲਈ ਲੱਗੇ ਤੇ ਫੇਰ ਅਸੀਂ ਕਹਾਂਗੇ ਯਾਰ ਇਹ ਤਾਂ ਫਵਾਦ ਹੀ ਨਹੀਂ ਆਇਆ ਬੈਹ ਮਹਿੰਗਾ ਪੈ ਗਿਆ ਇੱਕ ਵਾਰਨ ਖਰੀਦ ਤੁਹਾਨੂੰ ਸਮਝੇਗੇ ਹੋਣੇ ਕੀ ਆ ਕਹਿਣੇ ਜਾ ਰਹੇ ਸੋ ਨਹੀਂ ਚਰਾਦ ਤੇ ਬਾਅਦ ਹੀ ਗੱਲ ਹੈ ਨਾ ਉਹ ਤੇ ਯਾਰ ਠੀਕ ਆ ਉਹ ਦੇਣੀ ਉਹਨੇ ਨਹੀਂ ਉਹ ਤਾਂ ਵੱਖਰਾ ਪਰਪਸ ਆ ਉਹ ਤਾਂ ਆਪਣੀ ਇੰਜੋਏਮੈਂਟ ਆ ਆਪਾਂ ਜੋ ਸਾਡੇ ਜੋ ਲਾਲਚ ਆਗਾ ਉਸ ਕਰਨ ਨੂੰ ਪਤਾ ਲੱਗੀ ਗਿਆ ਨਾ ਹਾਂ ਪਰ ਉਹਨਾਂ ਨੂੰ ਹੁਣ ਜਾ ਰਹੇ ਨਾ ਬਦੇ ਹੋ ਜੇ ਕੋਈ ਵੀ ਜਗਾ ਬੋਰਡ ਦਾ ਉਹ ਨਹੀਂ ਪਾ ਕੰਦੇ ਜਿੰਨੇ ਪਾਣੀ ਹੁੰਦੀ ਹਾਂ ਹਾਂ ਉਹ ਉਹੀ ਨਾ ਤੇਰੇ ਗੱਲ ਤੇ ਉਹੀ ਆ ਗਈ ਕਰਾਣਾ ਆਪਾਂ ਮਾਰਾਂ ਗਈ ਨੇ ਸਰਕਾਰਾਂ ਨੂੰ ਹੁਣ ਆਪਣੇ ਘਰ ਤੇ ਬੈਠੇ ਅਸੀਂ ਆਪਣੇ ਮੂਦੇ ਛੇਤਰ ਮਾਰ ਲੈਨੇ ਆ ਤੇ ਫਿਰ ਅਸੀਂ ਕਹਿੰਦੇ ਯਾਰ ਛੇਤਰ ਤੇ ਸਰਕਾਰ ਨੇ ਮਾਰੇ ਹਣੇ ਹਾਂ ਨਾ ਫਿਰ ਉਹ ਗੱਲ ਫਿਰ ਤਾਂ ਉਹ ਨਹੀਂ ਮੰਨੀ ਫਿਰ ਆਪਾਂ ਮੰਨਿਆ ਕਰੀਏ ਹੁਣ 5 ਸਾਲ ਲਈ ਵੋਟਾ ਜਿੰਨੇ ਪਾਣੀ ਜਿੰਨੇ ਜਿਤਨਾ ਮੈਨੂੰ ਕੋਈ ਟੈਨਸ਼ਨ ਨਹੀਂ ਆ ਵੀ ਕੋਈ ਜਿੱਤੇ ਕੋਈ ਹਾਰੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਹਨਾ ਪਰ ਮੈਂ ਤੇ ਗੱਲ ਇਹ ਇਹਨਾਂ ਵੀ ਇੱਥੇ ਰਗੜਾ ਪਹੁੰਚ ਜਾਂਦਾ ਯੂਥ ਰਗੜਾ ਪਹੁੰਚਦਾ ਤੂੰ ਇਹ ਉਹ ਮਰਦਾ ਇੱਥੇ ਕੁੜੀ ਮੁੰਡਾ ਕੋਈ ਨਹੀਂ ਹੋ ਜੇ ਇੱਥੇ ਉਹ ਮਰਦਾ ਅਨਪਲੋਇਮੈਂਟ ਜਿਹੜੀ ਹੈ ਨਾ ਇਸੇ ਕਰਕੇ ਵੱਧਦੀ ਹੈ ਕਿਉਂਕਿ ਸਾਡੀ ਜਿਹੜੀ ਜਿੰਨੇ ਕਿ ਪੜ੍ਹੇ ਲਿਖੇ ਨੇ ਉਹ ਪੜ੍ਹੇ ਲਿਖੇ ਨੂੰ ਪੜ੍ਹਨੇ ਤੇ ਜਿੰਨੇ ਕਿ ਪੜ੍ਹੇ ਲਿਖੇ ਨਹੀਂ ਨੇ ਉਹ ਤੇ ਵਿਚਾਰੇ ਠੀਕ ਹੈ ਮਜਬੂਰ ਨੇ ਉਹ ਵੀ ਨਹੀਂ ਪੜ੍ਹੇ ਲਿਖੇ ਜਦੋਂ ਠੀਕ ਆ ਉਹਨਾਂ ਨੂੰ ਪਾਗ ਨੂੰ ਸੁੱਖਾ ਪਰ ਜਿਹੜੇ ਪੜ੍ਹੇ ਲਿਖੇ ਨੇ ਉਹ ਫਿਰ ਹਣ ਪਪਾ ਲੈਣੇ ਵੀ ਮਾੜਾ ਕਰਨ ਦੇਣਾ ਹੁਣ ਦੇਖੋ ਹੁਣ ਬਾਈ ਤੂੰ ਹੀ ਮਾੜਾ ਹੁਣ ਦੇਖ ਤੂੰ ਆ ਤੂੰ ਪੜੇ ਲਿਖਿਆ ਹਾਂ ਤੂੰ ਆਪਣੇ ਮੱਲੇ ਜਾ ਕੇ ਮਮੀ ਕੋਈ ਗੱਲ ਨਹੀਂ ਇਹ ਰੈਡੀ ਕੋਈ ਗੱਲ ਨਹੀਂ ਮੇਰੇ ਹੱਥ ਗਰਾਂਟ ਆਈਏ ਮੈਂ ਕੁਛ ਨਾ ਕੁਛ ਵਧੀਆ ਕਰ ਦਿੰਨਾ ਹਨਾ ਵੀ ਮੈਂ ਚੱਲ ਆਪਣੇ ਪੈਸੇ ਰੱਖ ਲੈਣਾ ਤਾ ਤੂੰ ਕੁਛ ਵਧੀਆ ਇਹਨੂੰ ਕਰਤਾ ਹੁਣ ਤੂੰ ਲਾਲਚ ਵਧਦਾ ਜਾਣਾ ਲਾਲਚ ਵਧਦਾ ਬਾਈ ਜੀ ਤੂੰ ਜਿੰਨੀ ਮਰਜ਼ੀ ਫੇਮਾ ਵੇੜਾ ਜਿੰਨਾ ਕੁਛ ਵੀ ਮਨ ਲਾਲਚ ਵਾਤਾ ਤੇ ਹੁਣ ਇਹ ਯੂਐਸਏ ਦੀ ਗੱਲ ਹੈ ਯੂਐਸਏ ਦੇ ਆਸੀ ਗੜੇ ਜੀ ਮੰਤਰੀ ਬਣ ਜੀਏ ਕੱਲੋਂ ਮੰਤਰੀ ਬਣ ਕੇ ਸਾਡਾ ਵੀ ਦਿਮਾਗ ਖਰਾਬ ਹੋ ਜਾਣਾ ਓਏ ਅਸੀਂ ਉਹ ਜੀ ਕਿੰਨਾ ਥੋੜੀ ਗੱਲ ਨਹੀਂ ਆ ਹਾਂ ਬਹਿ ਗਣ ਗਣ ਉਹ ਫਿਰ ਤਾਂ ਨਹੀਂ ਹੋਣੀ ਕਿ ਨਹੀਂ ਆ ਇਹ ਤਾਂ ਡੀਲ ਮਾੜਾ ਹੋ ਗਿਆ ਕੌਣ ਆ ਪੈਸਾ ਆਸਤਾ ਜਾਣਾ ਜਿਹੜਾ ਸਕੋਟੀ ਨਾ ਕਾਫਲੇ ਚਾ ਮੈਂ ਜਿਹੜਾ ਪਣੀ ਕੌਣ ਫਣੀ ਮਾੜਾ ਕਰੂਗਾ ਹੁਣ ਚਲ ਠੀਕ ਆ ਮੈਂ ਤਾਂ ਅੱਗੇ ਕਹਿਣਾ ਮਾੜਾ ਸਾਨੂੰ ਕਹੋ ਪੀਟਾੜਾ ਕਹਿਣਾ ਬਣਦਾ ਪਰ ਮੁੱਕ ਦੀ ਗੱਲ ਇਹ ਵੀ ਤੀ ਚੀਜ਼ ਸਮਝੋ ਬੇ ਮੈਂ ਕਹਿਣਾ ਇਹ ਚੋਂ ਡਿਆ ਮੈਂ ਸਿਰਫ ਇਹ ਯੂਥ ਦੀ ਗੱਲ ਕਰਦਾ ਤੁਸੀਂ ਇਹਨਾਂ ਪੜੋ ਨਹੀਂ ਮੈਨੂੰ ਉਹਨਾਂ ਕੋਈ ਲੈਣ ਦੇਣਾ ਨਹੀਂ ਅਤੇ ਖੋਦ ਮੈਨੂੰ ਕਈ ਨਹੀਂ ਘੱਟ ਪੜਨ ਹੁੰਦਾ ਭਾਈ ਮੰਗੇਰੇ ਜੀ ਨਹੀਂ ਪੜ ਸਕਦਾ ਜਿਆਦੀ ਹਣਾ ਹੁਣ ਤੇ ਉਹ ਚ ਇਹ ਯਾਰ ਯੂਥ ਕਿੱਥੇ ਮਰਦਾ ਹੋਇ ਹੁਣ ਦੁਨੀਆ ਚ ਕਿੰਨੀ ਗੱਲ ਕਹੀ ਜਾਂਦੀ ਹਣਾ ਵੀ ਹਰ ਵਾਰੀ ਸਪੀਕਰਾਂ ਦੇ ਬੋਲ ਬੋਲ ਕੇ ਵੀ ਯੂਥ ਦੇ ਹੱਥ ਚ ਹਟਾ ਦੇਸ਼ ਆ ਤੇ ਪਰ ਯੂਥ ਦੇ ਹੱਥ ਚ ਕੀ ਆ ਅਨ ਇੰਪਲੋਇਮੈਂਟ ਜੋਬ ਨਹੀਂ ਆ ਗਈ ਤੋਂ ਆਪਣਾ ਭ੍ਰਸ਼ਟਾ ਚੱਲੀ ਆ ਤੇ ਸਾਰਾ ਕੁਝ ਆ A to Z ਸਿਸਟਮ ਆ ਵੀ ਕੀ ਮਰੇ ਬੇਮਕੀ ਜਿਹੜੇ ਵਿਚਾਰੇ ਪੜੇ ਲਿਖੇ ਵੀ ਉਹ ਵੀ ਕਹਿੰਦੇ ਵੀ ਆ ਪੜੇ ਲਿਖੇ ਜਿਆਦਾ ਹੋਗੇ ਬਾਤ ਦੀ ਜਿਆਦਾ ਹੋਗੀ ਹੁਣ ਜੇ ਮੈਂ ਕਹਾਂ ਹੁਣ ਦੇਖੋ ਹਨ ਉੱਠਣਾ ਨਹੀਂ ਆਪਾਂ ਨੂੰ ਪੈਣਾ ਮੇਰੇ ਮੁੱਕ ਗਈ ਗੱ ਹੁਣ ਮੱਟਾ ਸਾਡੇ ਬੱਜਾ ਵਾਂ ਨਾ ਕਿਹਨੇ ਮੱਟਾ ਮਾਰਿਆ ਤੇ ਜਵਾਬ ਸਾਨੂੰ ਦੇਣਾ ਪੈਣਾ ਸਾਡੇ ਪਿਛਲੇ ਬੰਦਾ ਨਹੀਂ ਕਹੂਗਾ ਉਹ ਜੇ ਉਹਨੂੰ ਵੱਜੂਗਾ ਤੇ ਉਹ ਜਵਾਬ ਦੇਊਗਾ ਮੱਟੇ ਦਾ ਹਨਾ ਤੇ ਕਹੀ ਕਿਉਂ ਮਾਰਿਆ ਸਵਾਲ ਪੁੱਛੂਗਾ ਸਾਨੂੰ ਪੁੱਛਣਾ ਪੈਣਾ ਉਹ ਹਨਾ ਗੁੰਗਾ ਵੀ ਅਸਕਰ ਗੁੱਸੇ ਚ ਆਇੰਦਾ ਕੀ ਵੀਰੀ ਬੋਲ ਨਹੀਂ ਸਕਦਾ ਤੇ ਇੰਪ੍ਰੈਸ਼ਨ ਤੇ ਦੇਈ ਸਕਦਾ ਨਾ ਉਹ ਚੀਜ਼ ਆ ਆਪਾਂ ਇੰਪ੍ਰੈਸ਼ਨ ਨਹੀਂ ਦੇਣ ਦੇ ਅਣੀ ਤੇ ਉਹ ਫੇਰੇ ਕੱਚਾ ਜਾਤਰਾ ਕੇ ਬਹਿਣ ਵਾਲੇ ਬੰਦੇ ਜਿਹੜੇ ਇੱਕ ਰਿਪੋਰਟ ਪਾ ਕੇ ਆ ਗਏ ਬਸ ਇੰਹੀਂ ਤੇ ਬਸ ਪ੍ਰਧਾਨ ਬਣ ਗਏ ਆ ਉਹ ਤੇ ਸਾਡੇ ਨੌਕਰਿਆ ਸਰਕਾਰ ਹਨਾ ਸੋ ਇਹ ਆ ਉਹਨਾਂ ਤੇ ਕਹਿਣਾ ਸਾਡੀ ਸੇਵਾ ਕਰਾਂਗੇ ਜੇ ਵਕਤ ਨੇ ਸੀਖ ਕਰ ਇਹ ਨਹੀਂ ਗੱਲ ਨਹੀਂ ਕਰਦੇ ਹੋਣਗੇ ਪਰ ਮੁੱਕ ਦੀ ਗੱਲ ਵੀ ਅਸੀਂ ਆਪਣੇ ਨੂੰ ਕੁਝ ਕਰਨ ਦੇ ਭਾਈ ਆਪਣੇ ਨੂੰ ਕੁਝ ਨਹੀਂ ਕਰਨ ਦੇ ਤੇ ਫਿਰ ਆਪਾਂ 5 ਸਾਲ ਗਾਲਾਂ ਕੱਢਣੀ ਪਰ ਲੋਕ ਉਹਨਾਂ ਨੂੰ ਪਾ ਕੇ 250 ਰੁਪਏ ਦਾ ਨੈਟ ਪੈਗ ਫਿਰ ਉਹ ਗੱਲਾਂ ਸਹੀ ਆ ਵੀ ਆਪਾਂ ਉਹ ਵਹੀ ਸਿਸਟਮ ਆ ਗਿਆ ਕਹਿੰਦਾ ਵੀ ਭਾਈ ਤੁਹਾਡੇ 'ਚ ਵੀ ਆ ਗਏ ਨੇ ਅਸੀਂ ਕੀ ਕਰਦੇ ਰਹੇ ਮੌਜਵਾਨੀ ਪਾਪਾ ਕਰਦੇ ਰਹਿੰਦੇ ਸਾਰਾ ਕੁਝ ਕਰਦੇ ਰਹਿੰਦੇ ਆ ਪਰ ਮੁੱਕ ਦੀ ਗੱਲ ਵੀ ਸਮਝਦਾਰੀ ਕਿਹਦੇ ਸਮੇਂ ਤੇ ਸਮਝਣਾ ਚਾਹੀਦਾ ਅੱਜ ਕੱਲ ਤਾਂ ਜਮਨ ਦਾ ਬੱਚਾ ਸਿਆਣਾ ਯਾਰ ਮੈਂ ਹੁਣ ਕਹਾਂਗਾ ਵੀ ਬੱਚਾ ਹੁਣ 30 ਸਾਲ ਤੱਕ ਹੋਊਗਾ ਤੇ ਫਿਰ ਸਮਝੂਗਾ ਨਹੀਂ ਯਾਰ ਐਦਾਂ ਤੇ ਨਹੀਂਗਾ ਸਾਡੇ ਤੋਂ ਪਹਿਲਾਂ ਸਮਝ ਜਾਂਦੇ ਬੰਦੇ ਸਾਡੇ ਤੋਂ ਚਾ ਹੋ ਸੁਣਨ ਵਾਲੇ ਸਾਰੇ ਬਾਹਰ ਦੇ ਆ ਉਹਨਾਂ ਨੂੰ ਤਾਂ ਵਧੀਆ ਲੱਗੂਗਾ ਟੋਪਿਕ ਯਾਰ ਵੀ ਸਰਕਾਰਾਂ ਉੱਤੇ ਤੇ ਲੋਕਾਂ ਤੇ ਬੋਲੇ ਹੁਣ ਜਿਹੜੇ ਆਪਣਾ ਇਹਦਾ ਯੂਥ ਆ ਆਪਣਾ ਜਿਹੜਾ ਅਨਪੜ ਯੂਥ ਆ ਉਹ ਕਹਿੰਦਾ ਵੀ ਯਾਰ ਬਾਹਰ ਚਲ ਕੇ ਯਾਰ ਉਹਦੇ ਬਾਹਰ ਚਲੇ ਬੈਠਾ ਡਾਲਰ ਸ਼ਾ ਫੰਡੇ ਯਾਰ ਐਦਾਂ ਹੁੰਦਾ ਹੋਣਾ ਹੁਣ ਯਾਰ ਅਗਲਾ ਵੀ ਬੜਾ ਜੋਰ ਲਾਉਂਦਾ ਹੋਊਗਾ ਵੀ ਯਾਰ ਮੇਰਾ ਬਹੁਤ ਪੈਸਾ ਲੱਗਾ ਤੇ ਨਵੀਂ ਕਮਾ ਕੇ ਭੇਜਣਾ ਹੁਣ ਆਪਾਂ ਅਗਰ ਇੱਥੋਂ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਸਟੇਟ ਦੇ ਵਿੱਚੋਂ ਕੰਟਰੀ ਦੇ ਵਿੱਚੋਂ ਇੱਕ ਬੰਦਾ ਬਾਹਰ ਜਾਂਦਾ ਵਾ ਉਹਦੇ ਨਾਲ 30-40 ਲੱਖ ਰੁਪਏ ਬਾਹਰ ਜਾਂਦਾ ਵਾ ਠੀਕ ਹੈ ਨਾ ਉਹ ਤੋਂ ਰਿਸਕ ਹਣਾ ਪਹਿਲਾਂ ਤਾਂ ਜਾਂਚਣਾ ਹਣਾ ਕੋਈ ਖਰਾਬੀ ਆ ਜੇ ਉਹ ਜੀ ਬੰਦੇ ਤੇ ਬਣੇ ਉਹਨਾਂ ਚ 네ਗੇਟਿਵ ਥੌਟਸ ਹੁੰਦੇ ਨੇ ਹਣਾ ਵੀ ਤੇ ਫਿਰ ਬਾਅਦ ਚ ਉਹ ਸੋਚ ਵੀ ਜੇ ਤੋ ਸਾਡੇ ਦੇ ਕੋਈ ਬੰਦਾ ਕਹਿੰਦਾ ਯਾਰ ਤੂੰ ਤੇ ਬਾਹਰ ਆ ਤੂੰ ਤੇ ਬੜਾ ਬੈਕ ਲੱਗ ਮਨਾ ਠੀਕ ਹੁੰਦਾ ਯਾਰ ਅਗਲਾ ਰਿਸ਼ਤਾ ਜੀ ਦੇਣ ਡਿਆ ਉਹਨੇ 30 40 ਲੱਖ ਰੁਪਏ ਨਾਤਾ ਕੋ ਆਏਗਾ ਜੀਆ ਉਹਨੇ ਲਾਤਾ ਵੀ ਠੀਕ ਆ ਪਰ ਸਾਡੇ ਦੇ 네ਗੇਟਿਵ ਪੁਆਇੰਟ ਕਰਦੇ ਆ ਸਪੋਜ਼ ਉਹਨੇ ਹੈਲਪ ਵੀ ਕਰਨੀ ਗਾੜੀ ਤੇ ਉਹਨੇ ਕੰਮ ਹੀ ਨਹੀਂ ਕਰਨੀ ਕਿਉਂ ਤੇ ਉਹ ਵੇਰ ਇੰਡੀਆ ਚ ਕਿਉਂ ਆਊਗਾ ਵਾਪਸ ਤੇ ਯਾ ਪੈ ਸੋਚ ਫੇਰ ਆਪਾਂ ਕਹਿੰਦੇ ਵੀ ਬਣ ਕੇ ਕੁਝ ਵਾਪਸ ਨਹੀਂ ਹੁੰਦੇ ਫੇਰ ਸਾਡੇ ਰਖਿਆਰੀ ਤੋਂ ਥੱਕੇ ਦੇਣ ਵਾਲੇ ਹਨ ਸਰਕਾਰਾਂ ਨੂੰ ਜਦੋਂ ਮਾਰਾ ਘੱਟ ਕਹਿੰਦੇ ਨਾ 5 ਸਾਲ ਮਾਰਾ ਗਈ ਉਹਨਾਂ ਤੇ ਫੇਰ ਕਿੱਥੋਂ ਆਈਏ ਕਰਦੇ ਇੱਕ ਬੰਦੇ ਨੂੰ ਵੋਟ ਪਾਤੀਆਂ ਸੋਚ ਮੈਂ ਤੈਨੂੰ ਚੁਣ ਲਿਆ 5 ਸਾਲ ਵਾਲੀ ਆ ਤੂੰ ਆ ਚੀਜ਼ ਨੂੰ ਕੰਮ ਆ ਤੂੰ ਨਿਰਧਾਰਿਤ ਕਰਨਾ ਅੱਜ ਕਰਾਂਗੇ ਕੱਲ ਕਰਾਂਗੇ ਸ਼ਰਮ ਤੇ ਕਹਿ ਦਿੰਦੇ ਤੈਨੂੰ ਆਉਗੀ ਨਾ ਹੱਸ ਕਰ ਆਈ ਪਈ 75 ਮੱਕਿਥੇ ਲਿਖਿਆ ਹੈ ਹਾਂ ਮੈਂ ਪੂਰਾ ਦਾਦਾ ਵੀ ਦੋਸਤੋਂ 75 ਸਾਲ ਸੋ 1947 ਚ ਦੇਸ਼ ਆਪਣਾ ਜਾਦ ਹੋਇਆ ਠੀਕ ਹੈ ਨਾ ਵੀ 15 ਅਗਸਤ ਤੇ 1947 ਨੂੰ ਆਪਣਾ ਦੇਸ਼ ਜਾਦ ਹੋਇਆ ਤੇ 75 ਸਾਲ 8 ਮਹੀਨੇ ਤੇ 18 ਦਿਨ 18 ਦਿਨ 27655 ਦਿਨ ਹੋ ਗਏ ਆਪਾਂ ਨੂੰ ਜਾਦ ਹੋਣ ਤੇ ਅਸੀਂ ਹਾਦੇ ਵੀ ਰੰਡੀ ਨੂੰ ਨਾਲ ਹੋਏ ਨੇ ਵੀ ਸਾਡਾ ਦੇਸ਼ ਜਾਦ ਹੋ ਰਿਹਾ ਵੀ ਤੁਸੀਂ ਯਾਰ ਜਾਦੀ ਨਿੰਡ ਨਹੀਂ ਦੇ ਤੁਸੀਂ ਤੇ ਸਿਰਫ ਨਿੰਦਿਆ ਕਰਨ ਦੇ ਸੇ ਸਰਕਾਰਾਂ ਦੀ ਆਪਣੀ ਆਪਣੇ ਨੂੰ ਮਾੜਾ ਦੱਸਣ ਦੇ ਲੋਕਾਂ ਨੂੰ ਮਾੜਾ ਦੱਸਣ ਦੇ ਅੱਜ ਵੀ ਕਿਸੇ ਕੋਈ ਮੀਮਸ ਚੈਨਲ ਆਈਆਂ ਕੋਈ ਇੰਸਟਾਗ੍ਰam ਦੇਤੇ ਪਈ ਪੇਜ ਲਾ ਲੋ ਮੀਨ ਸਮਝਿਆ ਨਾ ਬੰਗਣ ਨੇਣਗੇ ਬਾਕਾਇਦਾ ਕੀ ਉਹ ਯੂਥ ਨੂੰ ਨਾ ਨਾ ਕੱਟ ਪਰ ਪਰ ਨੌਜਨ ਘਾਟ ਪਰ ਮੋੜ ਦਿੰਦੇ ਕਿਉਂ ਆਪਾਂ ਸੁਣਨੀ ਚਾਹੁੰਦੇ ਬਈ ਅਮਲਾਂ ਨੇ ਜੋ ਚੱਲਦਾ ਉਹ ਹੀ ਪੋਣਾ ਪਰ ਆਈ ਤਾਂ ਕਹਿਣ ਵੀ ਦੇਖਣ ਵਾਲੀਆਂ ਤੀਜਾ ਕਟਨ ਵੀ ਆਪਾਂ ਜਿਹੜਾ ਕੱਟ ਗਿਆ ਉਸ ਚੰਗੀਆਂ ਜਿਹੜਾ ਦੇਖਣੀਆਂ ਪਸੰਦ ਕਰੀਏ ਚਲੋ ਠੀਕ ਹੈ ਯਾਰ ਟੈਨਸ਼ਨ ਕੋਲ ਚਾਹੀਦਾ ਪਰ ਅਸੀਂ ਜ਼ਿਆਦਾ ਟੈਨਸ਼ਨ ਕੋਲ ਕਰ ਚੁੱਕੇ ਹਾਂ ਸੋ 75 75 ਸਾਲ ਮੈਨੂੰ ਹੋਰ ਨਵੇਂ ਵੀ 175 ਲੱਗ ਜਾਣ ਤੇ ਅਸੀਂ ਫਿਰ ਵੀ ਉਧਰ ਜਾ ਕੇ ਕਹੀਏ ਵੀ ਬੀਯੂਥ ਨੇ ਕੱਖ ਨਹੀਂ ਕੀਤਾ ਛਕੂ ਹੱਥ ਚ ਆ ਗਿਆ ਖਾਨੀ ਤੇ ਫਿਰ ਮੈਨੂੰ ਲਾਦਾ ਹੈ ਉਸ ਵਾਰ ਲੈਣੇ ਕਿਹਨੇ ਤੇ ਅਧਿਨ ਨਮ ਜਿੱਦਾ ਪਾ ਗੁਲਾਮ ਮਤਲਬ ਅੱਜ ਜਿਹੜੇ ਨੈਮ ਸੀ ਹੈ ਬ੍ਰਾਂਡ ਆਉਂਦੇ ਆਪਾਂ ਬ੍ਰਾਂਡ ਬੋਲੇ ਮਾਰੀ ਗਾਨੀ ਯਾਰ ਕੋਈ ਆੜੇ ਕੋ ਪੈਹਾ ਹੋਵੇ ਤਾਂ ਆਪਾਂ ਪਾ ਲੈਣੇ ਹਾਂ ਪਰ ਕੋ ਨਹੀਂ ਆਗਾ ਤਾਂ ਆਪਾਂ ਨਹੀਂ ਪਾਉਂਦੇ ਗਰੀਬ ਲਈ ਤੇ ਇੱਕ ਪਾਟੀ ਹੀ ਬਣਾਣੀ ਹੁੰਦੀ ਹੈ ਬ੍ਰਾਂਡ ਹੁੰਦੀ ਹੈ ਕਿਉਂਕਿ ਉਹਦਾ ਚਮਟਕਣ ਦੀ ਹੈ ਨਾ ਤੇ ਅਮੀਰ ਲਈ ਤੇ ਮਹਿੰਗੇ ਤੋਂ ਮਹਿੰਗਾ ਬ੍ਰਾਂਡ ਵੀ ਖੋਖਲਾ ਲੱਗਦਾ ਜਦੋਂ ਕੋ ਜਿਆਦਾ ਪੈਹਾ ਆ ਜਾਂਦਾ ਕਿਉਂਕਿ ਇਹਨੂੰ ਜੇਬ ਵੱਡੀ ਚਾਹੀਦੀ ਹੁੰਦੀ ਤੇ ਜੇਬ ਵੱਡੀ ਅਸਕਰ ਵੀ ਜਦੋਂ ਉਹਦੀ ਹੱਥੇ ਵੱਡਾ ਚਾਹੀਦਾ ਤੇ ਹੱਥੇ ਵੱਡਾ ਹੱਥ ਮਾਪੇ ਪੈਂਦਾ ਫਿਰ ਇਸ ਕਰਕੇ ਪਰ ਔਰ ਇੱਕ ਬ੍ਰੈਂਡ ਪਾਉਂਦਾ ਤਾਂ ਇੱਕ ਇਹ ਵੀ ਚੀਜ਼ ਆ ਨਾ ਫਰਮ ਹੁੰਦਾ ਆਪਣੇ ਨੂੰ ਸੋਨਾ ਰੱਖਣਾ ਚਾਹੁੰਦਾ ਹੁਣ ਐ ਵੀ ਪਾ ਲੈਨੇ ਆਂ ਇਹ ਵੀ ਢਾ ਲੈਨੇ ਆਂ ਸਭ ਕੁਝ ਕਰ ਲਈਦਾ ਪਰ ਉਹਦੇ ਵਿੱਚ ਕਿਹਦਾ ਹੱਥ ਜੀਗਾ ਮਿਹਨਤ ਕਿੰਨੇ ਕੀਤੀ ਸੀ ਮੈਂ ਕੀਤੀ ਸੀ ਕਿੰਨੇ ਕੀਤੀ ਮੇਰੇ ਮਾਪਿਆਂ ਨੇ ਕੀਤੀ ਸੀ ਕਹਿੰਦੇ ਕਿਹਦੇ ਲਈ ਕੀਤੀ ਸੀ ਆਪਣੇ ਲਈ ਕੀਤੀ ਸੀ ਹੁਣ ਮੈਂ ਕਿ ਸਰਕਾਰ ਨੂੰ ਕਦੀ ਦੇ ਗਿਆ ਪੈਸੇ ਲੋ ਭਈ ਆਪ ਟੈਕਸ ਤਾਂ ਆਪ ਦੇਂਦੇ ਪਰ ਕਦੀ ਕੋਈ ਗਿਫਟ ਦੇ ਗਿਆ ਵੀ ਭਈ ਤੁਸੀਂ ਸਾਡੇ ਦੇਸ਼ ਲਈ ਬਹੁਤ ਵਧੀਆ ਕੀਤਾ ਆਪ ਅਪਰੀਸ਼ੀਏਟ ਵੀ ਬਹੁਤ ਕਰਦੇ ਕਿਸੇ ਬੰਦੇ ਨੂੰ ਹੁਣ ਮੈਂ ਆਪਣੀ ਆ ਵੀਡੀਓ ਆ ਸੁਪੋਜ਼ ਕੋਈ ਦੇਖੇ ਨਾ ਦੇਖੇ ਪਰ OTT ਤੇ ਮੈਨੂੰ ਬਹੁਤ ਜ਼ਿਆਦਾ ਸੁਣਦੇ ਬੰਦੇ ਵੀ ਵਧੀਆ ਜੀ ਹਨ ਪਰ ਆਪ ਬਿਕੋਜ਼ ਆਈ ਲਾਈਕ ਜਿੱਦਾਂ ਗਰਲਸ ਮੁੰਡੇ ਕੁੜੀਆਂ ਪਸੰਦ ਕਰਦੇ ਹਾਂ ਨਾੜੀ ਉਸੇ ਕਰ ਉਹਨਾਂ ਨੂੰ ਮਾੜਾ ਵੀ ਕਹਣਾ ਪਸੰਦ ਕਰਦੇ ਕਹਣਾ ਹਾਂ ਜਿਹੜੀ ਨਹੀਂ ਵੀ ਸਾਰੀਆਂ ਯਾਰ ਕੁੜੀਆਂ ਚੰਗੀਆਂ ਹੋਣਗੀਆਂ ਜ਼ਰੂਰੀ ਨਹੀਂ ਸਾਰੇ ਮੁੰਡੇ ਚੰਗੇ ਹੋਣਗੇ ਮੈਂ ਵੀ ਚੰਗਾ ਹੋਵਾਂ ਤੂੰ ਵੀ ਚੰਗਾ ਹੋਵੇਂ ਹਨਾ ਪਰ ਜਿਹੜੇ ਮਾੜੇ ਉਹਨਾਂ ਨੂੰ ਮਾੜਾ ਕਹੋ ਜਿਹੜੇ ਚੰਗੇ ਆ ਯਾਰ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਮੇਨ ਮੁੱਕ ਦੀ ਕਰਨਿਆ ਨਾ ਯੂਥ ਯੂਥ ਨੂੰ ਅਪਰੀਸ਼ੀਏਟ ਕਰਨ ਦਾ ਯੂਥ ਯੂਥ ਨੂੰ ਵੇਖ ਕੇ ਸਿਰਫ ਡਿਪਰੈਸ਼ਨ ਜਾਣ ੜਿਆ ਭਾਈ ਕਹਿੰਦਾ ਕੈਨੇਡਾ ਚ ਲੋਕ ਡਿਪਰੈਸ਼ਨ ਚ ਆ ਮੈਨੂੰ ਲੱਗਦਾ ਤੂੰ ਹੀ ਭਾਈ ਸਾ ਪੰਜਾਬ ਚ ਇੰਡੀਆ ਚ ਘਟੂ ਜਾਦ ਨਿਕਲੋਣੇ ਇੱਕ ਦੋ ਦਿਨਾਂ ਨੇ ਇੱਕ ਆੜੀ ਜਾਂਦੇ ਨਹੀਂ ਜਾਂਦਾ ਹਾਂ ਆੜੀ ਆਪਣੇ ਸਾੜਾਂ ਲਈ ਹਮਗਾਤਾਂ ਸਾੜੀ ਦਾ ਹੋਰ ਆਪਣੇ ਮਾਪਿਆਂ ਨੂੰ ਆਪਾਂ ਚੀਜ਼ ਦੱਸ ਦੇਣੇ ਜਾ ਕੇ ਵੀ ਸਾਨੂੰ ਨੌਕਰੀ ਨਹੀਂ ਮਿਲੀ ਵਜਾ ਦੱਸ ਦੇਂਗਾ ਲਈ ਮੰਮੀ ਇਹਨੇ ਮੈਨੂੰ ਆਹ ਕੁਐਸਚਨ ਪੁੱਛਿਆ ਸੀਗਾ ਆਪਣੇ ਮੈਨੂੰ ਆਹ ਹਸਰ ਪੁੱਛਿਆ ਸੀਗਾ ਮੈਂ ਤਾਂ ਨਾ ਪੜਿਆ ਹੀ ਨਹੀਂ ਹਨਾ ਤੇ ਉਹਨੇ ਕਹਿੰਨਾ ਬੇਟਾ ਮੈਂ ਤੇ ਤੁਹਾਨੂੰ ਐਮਬੀਏ ਕਰਾਤੀ ਮੈਂ ਤਾਂ ਤੁਹਾਨੂੰ ਬੀਬੀ ਕਰਾਤੀ ਪੀ ਐਚ ਡੀ ਕਰਾਤੀ ਜੋ ਤਾਂ ਅਸੀਂ ਉਹ ਕਰਾਤਾ ਵਾਇਰ ਸਪੀਕ ਮੈਂ ਕਿਉਂ ਨਹੀਂ ਤੋ ਸਪੀਕ ਬੋਲਿਆ ਇੱਥੇ ਕਿਉਂ ਨਾ ਇਹਦੇ ਤੋਂ ਕੋਈ ਨੁਕਰੀ ਨਹੀਂ ਲੈਣਾ ਹੁਣ ਜਿਹੜਾ ਤਾਂ ਘੱਟ ਪੜਿਆ ਜੰਨੂ ਨੂੰ ਤਾਂ ਪਤਾ ਯਾਰ 10 15 ਇੰਚੇ ਸਰਨਾ ਕੰਮ ਪਰ ਜਿਹੜਾ ਜ਼ਿਆਦਾ ਪੜਿਆ ਫਿਰ ਉਹਦੇ ਅੱਗੇ ਤਾਂ ਕੁਐਸਚਨਸ ਹੁੰਦੇ ਨੇ ਉਹਨੇ ਕਰਿਆ ਨਾਲ ਬੈ ਕੇ ਦਾਰੂ ਕੀਤੀ ਅਸੀਂ ਜਾਣੇ ਲੈਣਗੇ ਆ ਸਾਰੇ ਯਾਨ ਸਾਰੇ ਨਹੀਂ ਜਾਣੇ ਲੈਂਦੇ ਨਹੀਂ 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 ਕਰਨ ਸਾਡੇ ਕੋਲ ਸੇ ਮੈਂਨੇ ਬੋਲੇ ਜੇ ਆਪਾਂ ਕੁਝ ਕਰਦੇ ਨੇ ਸਭ ਕੁਝ ਕਰਦੇ ਨੇ ਸਿੱਧੀ ਗੱਲ ਪਰ ਸੰਭਲ ਜਾਣਾ ਸਮੇਂ ਤੋਂ ਪਹਿਲਾਂ ਸੰਭਲ ਜਾਣਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਣਾ ਨੇ ਜੀ ਜੇ ਵੀ ਸਮਝ ਤੋ ਪਹਿਲਾਂ ਜਦੋਂ ਸਮਝ ਗਏ ਤੁਸੀਂ ਤੇ ਸਭ ਤੋਂ ਵੱਡੀ ਸਮਝਦਾਰੀ ਆ ਮੈਨੂੰ ਲੱਗਦਾ ਵੀ ਤੁਸੀਂ ਮਾਪੋਂਗੇ ਜਾ ਕੇ ਤੁਸੀਂ ਮਾਪੋਂ ਸਮਝਾਉਣੇ ਪੈਣੇ ਮਮੀ ਨਹੀਂ ਐ ਡਾਡੀ ਐ ਨਹੀਂ ਇਦਾਂ ਆ ਗੱਲ ਤਾਂ ਸਹੀ ਐ ਉਹ ਸਮਝਣਗੇ ਵੀ ਯਾਰ ਇਹ ਤੇ ਸਾਡੇ ਤੋਂ ਸਿਆਣੇ ਨਿਕਲ ਗਿਆ ਪਰ ਗਾਂ ਜਾ ਕੇ ਤੂੰ ਕੋਈ ਮਾੜਾ ਕੰਮ ਕਰ ਦੇਗਾ ਚਲੋ ਮਾੜਾ ਹੋ ਵੀ ਜਾਂਦਾ ਕਈ ਲੋਕ ਮਾੜਾ ਕਰਵਾ ਦਿੰਦੇ ਹਾਂ ਵੀ ਬੜਾ ਕੁਝ ਅੰਦਾਜ਼ ਕਰ ਹਾਂ ਨੈਟ ਤੇ ਬਹੁਤ ਕੁਝ ਹੋ ਜਾਂਦਾ ਵੀ ਬਹੁਤ ਕੁਝ ਵੀਡੀਓ ਬਣ ਜਾਂਦੀਆਂ ਹਨ ਬੜਾ ਕੁਝ ਕਰ ਦਿੰਦੇ ਲੋਕ ਜਿੰਦਾ ਆ ਕੇ ਚਾਰੋਂ ਨਾਲ ਮਿਲ ਨਹੀਂ ਨਹੀਂ ਗਦਾ ਆਪਣਾ ਦੀ ਫੀਲਿੰਗ ਆਪਣੇ ਬਣਾਣਾ ਹੁਣ ਕੋਈ ਜਿੱਤ ਕੇ ਜਾ ਹੁਣ ਆਪਣੇ ਇੱਥੇ ਕਰਨ ਚਾਹੁੰਦਾ ਹਾਂ ਜੀ ਸਿੰਘ ਸੱਜਣ ਜਿਹੜਾ ਜਿਹੜਾ ਆਪਣੇ ਇੱਥੇ ਪੰਜਾਬ ਦੇ ਦੌਰੇ ਤੇ ਤੇ ਉਹਨਾਂ ਨੇ ਬਾਹਰੋਂ ਮੱਕੀ ਨਾਮ ਕਮਾ ਗਿਆ ਤੇ ਉਹਨਾਂ ਨੂੰ ਆਪਣੇ ਇੱਥੇ ਮੰਤਰੀ ਸਾਹਿਬ ਨੇ ਮਿਲਿਆ ਨਹੀਂ ਮਿਲਿਆ ਨਹੀਂ ਉਹਨਾਂ ਨੂੰ ਸੁਣਨ ਚ ਆਇਆ ਸੀਗਾ ਤੇ ਮਿਲੇ ਨਹੀਂ ਹੁਣ ਤਾਂ ਇਹ ਪਰਿਚੈ ਨਹੀਂ ਕਰਨਦਾ ਯਾਰ ਬੰਦੇ ਨੂੰ ਭਾਂਜ ਬੰਦਾ ਕਿੱਥੇ ਨਾਮ ਚ ਮਪਾਉਣਾ ਆਪਣੇ ਜਾਗੇ ਤੇ ਉਹਨੇ ਤਾਂ ਗਾਣੇ ਕੱਢ ਨਹੀਂ ਆਪਣੇ ਪਰ ਵਾਪਸ ਜਾ ਕੇ ਵੀ ਨਹੀਂ ਸਾਡੇ ਸਾਡੇ ਦੇ ਬੰਦੇ ਭਾਂਜੋ ਪਾਗਲੇ ਉਹਨੇ ਆਣਾ ਨਹੀਂ ਹੁਣ ਕਾ ਨਹੀਂ ਉਹ ਕਿੱਥੇ ਹੋਣਾ ਯਾਰ ਕੌਣ ਆਊਗਾ ਹੁਣ ਬਾਹਰ ਦੇ ਜਿੰਨੇ ਲੋਕ ਬਾਹਰ ਚੱਲ ਜਾਂਦੇ ਉਹਨਾਂ ਦੀ ਆਈ ਥਿੰਕਿੰਗ ਹੁੰਦੀ ਹੈ ਵੀ ਆਪ ਇੰਡੀਆ ਨਹੀਂ ਆਣਾ ਵਾਇ ਹੇਟ ਕਿਉਂ ਕਰਨ ਡ ਅਨੰਤ ਹੁਣ ਆੜਨ ਦੇ ਬੰਦੇ ਵੇਖ ਤੇ ਪਾਗਲ ਬੈਠੇ ਫੇ ਸਾਨੂੰ ਮਨ ਮੁੱਕ ਜਾਣਾ ਚਾਹੀਦਾ ਮ ਜੇ ਸਾਣਾ ਨੂੰ ਨਫ਼ਰਤ ਕਰਨ ਦੇ ਸਾਡੇ ਨੂੰ ਉਲਟਾ ਅਗਲੀ ਪੀੜੀ ਨੂੰ ਮਾਰ ਖਾ ਚੱਲਣੇ ਆਪਣੇ ਹਾਂ ਆਪਣੀ ਪੀੜੀ ਨੂੰ ਬਾਨ ਕਾ ਜਿਦਾ ਚਲੋ ਠੀਕ ਹੈ ਸੈਂਗ ਮੈਂ ਦੇਖਿਆ ਵੀਡੀਓ ਬਣਦੇ ਨੇ ਕਿ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਪੰਜਾਬ ਖਾਲੀ ਹੋ ਰਿਹਾ ਹੈ ਹੋ ਰਿਹਾ ਹੈ ਮੈਂ ਕਿ ਵੀਡੀਓ ਦੇਖਣਾ ਉੱਚ ਕਹਿੰਦੇ ਵੀ ਜੇ ਪੰਜਾਬ ਦਾ ਯੂਥ ਇੱਥੇ ਰਹੂਗਾ ਤੇ ਕਰੂਗਾ ਕੀ ਤਦ ਯਾਹ ਪੇ ਸੋਚੋ ਪਰ ਜੇ ਮੇਰੇ ਖਿਆਲ ਨਾਲ ਜੇ ਇੱਥੇ ਪੰਜਾਬ ਦਾ ਜੁਨਹ ਰਹਿ ਵੀ ਜਾ ਮੈਂ ਵੀ ਪੰਜਾਬ ਚ ਬੈਠਾਂਗਾ ਪੰਜਾਬ ਚ ਬੈਠਾ ਚੰਡੀਗੜ੍ਹ ਤੇ ਬਿਠੇ ਹਣਾ ਵੀ ਆਪਾਂ ਸਭ ਕੁਝ ਕਰਨ ਦੇ ਇੱਥੇ ਕਰਨ ਦੇ ਹੁਣ ਸਰਕਾਰ ਆ ਕੇ ਕਹਿੰਦੀ ਕਦੀ ਵੀ ਪੈ ਰੋਟੀ ਖਾ ਲਈ ਤੇ ਉਹਨਾਂ ਨੂੰ ਪਛਣਾਉਂਦੇ ਨਹੀਂ ਨਾ ਆਪਾਂ ਚ ਮੜੇ ਆਪਾਂ ਹੀ ਜਨਾਈ ਖਾਵਾਂਗੇ ਤੇ ਡਾਕਟਰ ਰਹਾਗੇ ਆਪਾਂ ਹੀ ਮੜੇ ਹਣਾ ਉਹ ਜਾਣੂ ਆਪਸ਼ਨ ਦੇਣ ਨਹੀਂ ਹੁਣ ਆਪਾਂ ਨੂੰ ਆਪਸ਼ਨ ਵੋਟ ਦੀ ਦਿੱਤੀ ਵੀ ਪੈ ਜਾਣੇ ਵੋਟ ਪਾਓ ਆਪਾਂ ਲਾਲਚ ਬਾਇ ਵਨ ਗੱਟ ਵਨ ਫ੍ਰੀ ਦੇਣ ਦੇ ਹੁਣ ਇਹਨੇ ਸਰਕਾਰ ਨਸ਼ਾ ਪਕਾਉਣ ਦੀ ਪਲਾਂਟਿੰਗ ਕਰਨ ਦੀ ਕੋਈ ਕਰਨ ਦੀ ਅਗਰ ਹਰ ਪਿੰਡ ਦੇ ਵਿੱਚ ਕੋਈ ਚੀਜ਼ ਇੱਕ ਵਾਰ ਇਦਾਂ ਉਹ ਕਪਰਾਈਵਟ ਸੈਕਟਰ ਚ ਜਿਸ ਕੋਟੀ ਬਣ ਜਾ ਆਪਾਂ ਇਆਂ ਕਿ ਦੋਹਰਾ ਕਰਨ ਡਿਆ ਪਿਆ ਹੁਣ ਅਪਡੇਟ ਕਮਰੇ ਚ ਕੋਈ ਆ ਕੇ ਨਿਸ਼ੇੜੀ ਇਥੇ ਨਸ਼ਾ ਕਰਨ ਡੈਬੂਗਾ ਰੁਕਣਾ ਤਾਂ ਹੀ ਨਾ ਭਾਈ ਜੀ ਤੇ ਮੈਂ ਉਹਨੂੰ ਭਗਵੰਤ ਰਾਮ ਨੂੰ ਥੋੜੀ ਫੂਨ ਲਾਉਂਗਾ ਮੋਦੀ ਨੂੰ ਥੋੜੀ ਫੂਨ ਲਾਉਂਗਾ ਵੀ ਭਾਈ ਜੀ ਇਥੇ ਨਸ਼ੇ ਕਰਨ ਵਾਲਾ ਬੰਦਾ ਬੇਟਾ ਉਹਨੇ ਕਿਹਾ ਉਹਨੇ ਤਾਂ 15 ਮਿੰਟਾਂ ਤੱਕ ਤਲ ਜਣਾ ਕਹੀਂ ਕਰਨ ਦੇ ਕਰਕੇ ਠੀਕ ਕਰਨ ਦੇ ਤੇ ਪਾ ਲਓ ਆ ਉਹ ਜੀ ਜੀ ਸੋ ਆਈ ਦੋਸ਼ ਨੂੰ ਨਾ ਪਸੰਦ ਕਰਦੇ ਆ ਬਕਾਇਦਾ ਕਿ ਆਹੀ ਆਪਣੇ ਆਪ ਦੇ ਐਕਸ਼ਨ ਲੈਣਾ ਆਹੀਂ ਉੱਠ ਕੇ ਉੱਥੇ ਜਾ ਕੇ ਗਲਾਸ ਰੱਖਣ ਨਾਲੋਂ ਜ਼ਿਆਦਾ ਅਸੀਂ ਇੱਥੇ ਗਲਾਸ ਤਨਰ ਨਹੀਂ ਹੈ ਕੋਈ ਚੱਕਰ ਨਹੀਂ ਪਲਾਸਟਿਕ ਦਾ ਸਟੀਲ ਦਾ ਕੋਈ ਚੱਕਰ ਨਹੀਂ ਟੁੱਟਦਾ ਨਹੀਂ ਪਾਏ ਬਾਦ ਨੂੰ ਲਿਆਵਾਂਗੇ ਬਾਪੂ ਦੀ ਵੱਧ ਮੇਰੀ ਆ ਵੀ ਚੱਕ ਦਾਂਗੇ ਫਟੇ ਕੋਈ ਨਹੀਂ ਉਹਨੇ ਦੋ ਤਿੰਨ ਸੜਗਾ ਦੋ ਤਿੰਨ ਟਰੈਕਟਰ ਲੈ ਲੈਣੇ ਆ ਬਾਦੂ ਪਾਏ ਬਾਜਾਂ ਆਪਾਂ ਸੋ ਇਹ ਵੀ ਸੋਚਦਾ ਆਪਣੀ ਤੇ ਬਾਅਦ ਚ ਫਿਰ ਉਹ ਬੇਟਿਆਂ ਦੀ ਕਮਾਈ ਲੰਘਦੀ ਕਿੱਥੇ ਆ ਬੇਟਾ ਜੀ ਬਸ ਕੁਛ ਨਹੀਂ ਦੋ ਤਿੰਨ ਮਹੀਨੇ ਹੋ ਗਏ ਹਸਪਤਾਲ ਚ ਪਏ ਸੀ ਲੰਮੇ ਉਹ ਕੁਛ ਹੀ ਬਿਮਾਰ ਹੋ ਗਏ ਸੀ ਤੇ ਬਾਪਾ ਇਸੇ ਨਾਲ ਸਕਾਰ ਨਹੀਂ ਪ੍ਰਾਸ਼ਣ ਅਜ਼ਕਾਰ ਉਹ ਫਿਰ ਇਤਨਾ ਕਮਾਈ ਨਿਕਲਦੀ ਹੁਣ ਆਹੀ ਗਾਲ ਸੱਚਾਈ ਹੈ ਯਾਰ ਭਾਈ ਇਹ ਸੱਚਾਈ ਹੈ ਗਾਲੀ ਇੱਕ ਆਮ ਮਾਰੀ ਲੱਗਣਾ ਭਾਵੇਂ ਕਿਹੜੀ ਤਰੀਕੇ ਦੀ ਬਿਮਾਰੀ ਲੱਗਣਾ ਕਿ ਵੱਖਰੀ ਗੱਲ ਹੈ ਪਰ ਤੜਫ ਤੜਫ ਕੇ ਮਰਨਾ ਇੱਕ ਵੱਖਰੀ ਗੱਲ ਹੈ ਰੱਬ ਨੇ ਸਾਡੀ ਮੌਤ ਵੀ ਦਾ ਕਿ ਤਰ੍ਹਾਂ ਨਹੀਂ ਹੋਵੇ ਬਟ ਇੱਕ ਮੌਕਾ ਹੀ ਗੱਲ ਹੈ ਜਿੰਨੇ ਸਕੇ ਜੀਦੇ ਆ ਇੱਕ ਨੇੜ ਤੇ ਜੀਆ ਜਾਵੇ ਇੱਕ ਨੇੜ ਤੇ ਜੀਆ ਜਾ ਹਾ ਉਹ ਤੇ ਨਹੀਂ ਚ ਕਰ ਲੋ ਪਰ ਕਿਸੇ ਨਾ ਨਾ ਕਰ ਆਪਣੀ ਜ਼ਿੰਦਗੀ ਚ ਕਰ ਲੋ ਕੋ ਮਾੜਾ ਚੰਗਾ ਹਰ ਤਰੀਕੇ ਦਾ ਕੋਈ ਭਾਵੇਂ ਨਸ਼ਾ ਕਰਨ ਨਸ਼ਾ ਕਰ ਲੋ ਮਾੜਾ ਕੰਮ ਕਰਨ ਮਾੜਾ ਕੰਮ ਕਰ ਲੋ ਪਰ ਆਪਣੇ ਤੱਕ ਸੀਮਤ ਹੋਵੇ ਕਿਸੇ ਨੂੰ ਮਾੜਾ ਨਾ ਮੇ ਕੋਈ ਮਾੜਾ ਕਰਦਾ ਫੇਰ ਉਹਦਾ ਮਾੜਾ ਕਰੋ ਤੇ ਇਹ ਦੂਜੇ ਬੰਦੇ ਤੰਗ ਨਾ ਹੋਵੇ ਦੂਜੇ ਬੰਦੇ ਤੰਗ ਨਾ ਹੋਵੇ ਸਿੱਧੀ ਗੱਲ ਨੇ ਬਾਕੀ ਮੈਨੂੰ ਲੱਗਦਾ ਵੀ ਇੰਨੀ ਵੀਡੀਓ ਸਹੀ ਰਹੂਗੀ ਵੀ ਇਹ ਮੈਂ ਜਿਆਦਾ ਹੀ ਲੰਬੀ ਕਰਕੇ ਕੀ ਮਾਣਾ ਖੇਜਣਾ ਆਪਾਂ ਲੋਕਾਂ ਨੂੰ ਅਸੀਂ ਖੁਦ ਮਾੜੇ ਮੈਂ ਤਾਂ ਕਹਿਣਾ ਵੀ ਕਈ ਜੀ ਹਨਾ ਵੀ ਤਈ ਮੈਂ ਤੁਸੇ ਮਤਲਬ ਵੀ ਬੋਟ ਮਾੜ ਜਾਣਾ ਤੇ ਸੋਚ ਸਮਝ ਨਹੀਂ ਪਾਇਓ ਸਭ ਸੌਤ ਬੰ ਗਾਲ ਨਾ ਕੱਢੋ ਫਿਰ ਬਾਤ ਚਾਹ ਹਾਂ ਮਾੜਾ ਹੋ ਸਦੂ ਮੋਸੇ ਗਾਣੇ ਵੀ ਸਦੂ ਮੋਸੇ ਬਾਕੀ ਸਹੀ ਗਏ ਯਾਰ ਵੀ ਤੁਸੀਂ ਜਿਨ੍ਹਾਂ ਨੂੰ ਜਿਤਾਇਆ ਹੁਣ ਮਾੜਾ ਉਹਨਾਂ ਨੂੰ ਨਾ ਕਹੋ ਨੇ ਲੱਗ ਕੇ ਬਾਈ ਸਹੀ ਕਿਹਾ ਗਿਆ ਸੀਗਾ ਤੇ ਨਹੀਂ ਮਾਲਾ ਬਾਈ ਜਦੋਂ ਸਿੱਧੂ ਹੁਸੈਨ ਆਣਾ ਖੜਾ ਵੈ ਸੀ ਇਲੈਕਸ਼ਨ ਆ ਵਾਸਤੇ ਜਦੋਂ ਹਾਰ ਗਏ ਸੀ ਕੀ ਬੰਦੇ ਹਸਨਾ ਆਪ ਕੋ ਹਮੇ ਉਸ ਪਰ ਕਰ ਜਾਂਦੇ ਹੋ ਜਦੋਂ ਸਾਰੀ ਡੈਥ ਹੋਈ ਮਤਲਬ ਕਿ ਇੱਦਾਂ ਸਭ ਕੁਝ ਹੋ ਗਿਆ ਉਹੀ ਬੰਦੇ ਸਟੋਰੀ ਆ ਬਣਾ ਪ੍ਰਾ ਆਪਣਾ ਲੈ ਭਾਈ ਲੋਕਾਂ ਨੇ ਲੋਕਾਂ ਦਾ ਆੜਾ ਪ੍ਰਾ ਮਾਰ ਕੇ ਐਣਾ ਨਾ ਕਰੋ ਯਾਰ ਤੁਸੀਂ ਭਾਂਜੇ ਮੋਸ਼ਨ ਹਲਤਾ ਚਾਹਦਾ ਆਪਣੀ ਚੜਾਈ ਵਾਸਤੇ ਤੂੰ ਮਰਜੀ ਕਰ ਲੋ ਹਣਾ ਇਹ ਚੀਜ਼ ਇੱਥੀ ਦਿਨ ਨਾ ਕਰੋ ਹੁਣ ਪਾਦਰਤਾ ਮਦ ਸਭ ਕਿੰਨੀ ਤੰਗੀ ਲੈਣ ਦੇ ਆ ਵੇਖਣ ਵਾਲੀ ਗੱਲ ਤੇ ਇਹ ਕੀਤੀ ਜਾਵੇ ਦੇ ਪਰ ਦੇਖਿਆ ਜਾਵੇ ਤੇ ਰਾਡੇ ਉਹ ਸੀ ਜੂ ਤੇ ਜੂ ਤੇ ਇਹ ਤੋਂ ਪਹਿਲਾਂ ਢੀ ਅਣਪੜ ਅਸੀਂ ਪੜ੍ਹੇ ਲਿਖੇ ਹਨ ਪਰ ਜਿਹੜੇ ਨਾ ਅਸੀਂ ਅਨਪੜ੍ਹ ਬੰਦੇ ਨੂੰ ਮੈਂ ਅਨਪੜ੍ਹੀ ਕਹੂੰਗਾ ਭਾਈ ਜਿਹੜੇ ਸਾਡੇ ਮਾਂ ਤੋਂ ਨਹੀਂ ਪੜੇ ਲਿਖੇ ਉਹਨਾਂ ਨੂੰ ਪਸਲ ਕਰਨ ਦੇ ਹੁਣ ਮੈਂ ਇੱਥੇ ਬੈਠਾ ਸਾਡੇ ਘਰ ਕੋਈ ਬੰਦਾ ਆ ਗਿਆ ਕਿਉਂਕਿ ਵੀ ਤੁਹਾਡੇ ਲਈ ਆਫਰ ਆਈ ਉਹਨਾਂ ਨੇ ਚੂਜ਼ ਕਰ ਲਈ ਇਹਨਾਂ ਨੇ ਚੂਜ਼ ਕਰਨ ਤੋਂ ਪਹਿਲਾਂ ਮੈਨੂੰ ਫੋਨ ਕਰਨਾ ਰੀਲ ਟਾਈਮ ਤੇ ਕੋਈ ਗੱਲ ਕਰਨ ਦੇ ਉਹ ਫੀਲਿੰਗਸ ਜੁੜਨਦੀਆਂ ਉਹਨਾਂ ਨਾਲ ਮੈਂ ਤਾਂ ਇਹ ਗੱਲ ਕਰਨੇ ਤਾਂ ਨਹੀਂ ਫੀਲਿੰਗ ਜੁੜਨਦੀਆਂ ਯਾਰ ਵਾਕਿਆ ਮੈਂ ਸੱਚਾ ਹੈਗਾ ਵਾਂ ਮੈਂ ਹੈਗਾ ਵਾਂ ਇਦਾਂ ਵਾਂ ਸੁਪਾ ਕਰਨਾ ਜਾਂਦੇ ਉਹਨੂੰ ਕਹਿੰਦੇ ਅਨਪੜ੍ਹ ਸ਼ਾਰਪ ਮਾਈਂਡ ਕਿੰਨੂੰ ਕਹਿੰਦੇ ਜਿਹੜਾ ਪੜ੍ਹ ਇਹ ਨੂੰ ਕਹਿੰਦੇ ਵੀ ਆਮੇ ਭਾਈ ਤੂੰ ਪੜ੍ਹਿਆ ਲਿਖਿਆ ਵਾ ਨਹੀਂ ਭਾਈ ਇਹਨੇ ਢਿੱਡ ਕੇ ਜਾਣਾ ਇਹਨੂੰ ਨਾ ਰਹੀਏ ਗੱਜ ਇਹਨੇ ਇਹਨੇ ਪੜ੍ਹ ਲੈਣੀ ਹੈ ਢਿੱਡ ਇਹ ਤਰ੍ਹਾਂ ਸੋ ਆਪਾ ਚਲ ਕਰਨ ਨੇ ਆਪਾ ਪੜ੍ਹਿਆ ਲਿਖਿਆ ਨੇ ਤੋ ਫਾਇਦਾ ਥੋੜੀ ਹੋ ਰਿਹਾ ਬਿਆ ਆਪਾਂ ਸਿਰਫ ਪਾ ਮੂਰਤ ਬਣਾਉਂਦੇ ਲੋਕਾਂ ਨੂੰ ਤੇ ਮਾੜਾ ਕਿਉਂ ਕਰਨ ਨੇ ਸਰਕਾਰ ਨੂੰ ਸਾਰੇ ਭਾਈ ਮਾੜੇ ਨਹੀਂ ਆ ਨਾ ਸਰਕਾਰ ਮਾੜੀ ਨਾ ਲੋਕ ਮਾੜੇ ਛੱਡੀ ਕਰ ਪਰ ਕਈ ਹੈਗੇ ਵੀ ਨੇ ਤੇ ਮੈਨੂੰ ਵੀ ਮਾੜਾ ਕਹਿ ਸਕਦੇ ਇਹਨੂੰ ਮਾੜਾ ਕਹਿ ਸਕਦੇ ਕਿ ਅਸੀਂ ਆ ਭਾਈ ਆਪਣੇ ਦੀ ਮੰਨਿਓ ਵੀ ਆਂ ਹੀ ਮਾੜੇ ਹੈਗੇ ਜਦਕਿ ਦੀ ਗਾਲਾਂ ਕੱਢਣ ਆਂਦੇ ਸਰਕਾਰਾਂ ਨੇ ਸਰਕਾਰ ਫੱਲੀ ਕੰਮ ਜਾਣਦੀ ਵੀ ਨਾ ਵੀ ਆ ਸਰਗਾਨ ਨਵਤਾ ਵੀ ਨਾ ਕਿ ਚੰਦ ਵੀ ਨਾਮ ਹੈ ਮੈਂ ਇਸ ਨਾਮ ਦਾ ਬੰਦਾ ਹੈ ਕੋਈ ਜੇ ਹੋਰ ਮੈਨੂੰ ਕੀ ਆ ਮੈਂ ਘਰੇ ਬੈ ਗਾ ਗਾ ਕੜੀ ਜਿਹਨੂੰ ਮਰਜ਼ੀ ਮੋਦੀ ਨੂੰ ਫਲਾਂਟੇਗੇ ਹੋਗਾ ਠੀਕ ਹੈ ਯਾਰ ਕਹੀ ਜੋ ਹਾਂ ਕੋਨੂੰ ਤਰਕ ਬਣਾਉਣ ਨੂੰ ਫਰਕ ਪੈਣਾ ਹੋਵੇ ਉਹ ਅਗਲਾ ਚਾਹੇ ਤੈਨੂੰ ਦੋ ਮਿੰਟ ਚੁੱਕ ਸਕਦਾ ਸੰਧੀ ਦੀ ਗੱਲ ਪਰ ਬੇ ਇੱਕ ਦੂਜੀ ਅੱਖ ਨਾਲ ਵੇਖਿਆ ਜਾਵੇ ਮੈਂ ਤੂੰ ਇਮ વાਕੈ ਆਈ ਇਹਨੂੰ ਮਾਰਾ ਖੰਡੇ ਆਈ ਜਿਹੜਾ ਇਹਨਾਂ ਨੂੰ ਮਾਰਾ ਖੰਡਾ ਪੈਨੇ 5 ਮਹੀਨਾ ਹੋ ਗਏ ਲੰਘਿਆ ਦਾ ਮਾਰਾ ਖੰਡਾ ਪੈਨੇ ਬਈ ਇਨਸਾਨ ਨੂੰ ਨਹੀਂ ਲੰਘਿਆ ਦਾ ਆਈ ਪਰਚੇ ਤੇ ਸਹੀਂ ਆ ਪਰਖ ਪਰ ਕੇ ਆਈ ਬਾਈ ਕਿੰਨੇ ਬੰਦੇ ਪਰਖਲੇ ਪਰ ਸ਼ਾਨਤ ਲੈਣਾ ਤੇ ਪਰ ਕਰਦੇ ਨਹੀਂ ਨਹੀਂ ਪਹਿਲੇ ਮਾੜਾ ਖੰਡਾ ਪੈਂਦੇ ਸਾਡੇ ਸਬਰ ਨਹੀਂ ਨਾਗਾ ਸਰ ਸਬਰ ਸਮੇ ਮਰਨ ਤੱਕ ਜਾਂ ਇਸ ਸਬਰ ਕਬਰਾਂ ਤੱਕ ਜਾਂ ਸਬਰ ਚੱਲ ਜਣਾ ਤੇ ਬਹੁਤ ਵਧੀਆ ਗੱਲ ਹੈ ਵੀ ਜੇ ਕਬਰ ਜਿੱਥੇ ਤੱਕ ਜਾਣੀ ਨਾ ਆਪਣੀ ਕਬਰ ਤੇ ਕਬਰਾਂ ਤੱਕ ਬੰਦਾ ਸਬਰ ਰੱਖ ਲੈਣਾ ਤੇ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਵੀ ਉਹਦੇ ਕੀ ਜਿੰਦਗੀ ਚ ਕੋਈ ਜੀ ਨਹੀਂ ਹੋਈ ਹੋਗੀ ਬਕਾ ਕਹਿੰਦਾ ਅੱਜ ਕੱਲ ਦੀ ਜ਼ਿੰਦਗੀ ਚ ਚਲੋ ਹੋਈ ਜਾਂਦੀਆਂ ਪਰ ਕੋਈ ਚੱਕਰ ਨਹੀਂ ਪਰ ਸਬਰ ਮਰੀ ਤਗੜੀ ਜੀ ਜਾਗਾ ਤੇ ਸਬਰ ਤੇ ਚੋਪਰਾ ਫਿਲੋਦੇ ਬਾਕੀ ਬਈ ਜੀ ਬਾ ਬਹੁਤ ਟੌਪਿਕ ਨੇ ਵਧੀਆ ਵਧੀਆ ਇਹੋ ਜਿਹੇ ਤੇ ਉਦੋਂ ਮੈਂ ਆਪਣੇ ਨੂੰ ਮਾਰਾ ਆਖੂਗਾ ਭਾਈ ਜੀ ਕਿਉਂਕਿ ਮੈਨੂੰ ਲੋਕ ਸਿੱਧੀ ਗੱਲ ਕੁਮੈਂਟ ਆ ਕਰਨ ਦੇਣ ਵੀ ਮੈਂ ਪਹਿਲਾਂ ਕਰਦਾ ਭਾਈ ਮਾਰਾ ਲਗੂਗਾ ਤੁਹਾਨੂੰ ਮੈਂ ਕਿਉਂਕਿ ਮੈਂ ਮੈਂ ਮੂੰਹ ਚ ਮਿਰਚਾਂ ਤੇ ਨੂਨ ਪਾਏ ਗੱਲ ਕਰਦਣਾ ਇਹ ਵੀ ਭਾਈ ਨਾਲ ਹੀ ਮੇਰੇ ਠੀਕ ਹੈ ਨਾ ਜੀ ਉਹ ਗੱਲਾਂ ਥੋੜੀਆਂ ਘੋੜੀ ਵਿੱਚ ਲੱਗਣਗੀਆਂ ਕਿਉਂਕਿ ਮੈਂ ਕਹੇ ਉੱਚੇ ਬੰਦੇ ਨੂੰ ਮਾਰਾ ਪੱਖਨ ਤੋਂ ਪਹਿਲਾਂ ਆਪਣੇ ਆਪ ਨੂੰ ਮਾਰਾ ਲੱਖਦਾ ਇਹ ਮੇਰੀ ਗਲਤੀ ਕੀ ਹੋ ਗਈ ਕਿ ਮੈਨੂੰ ਇਹਨੂੰ ਮਾਰਾ ਆਖਣਾ ਪੈਣ ਡਿਆ ਕਿ ਨਹੀਂ ਤੇ ਮੈਨੂੰ ਉਂਗਲ ਲਗਾਨੀ ਪੈਣ ਡਿਆ ਉਹ ਹੋਈ ਗੱਲ ਵੀ ਨੇ ਕਹਿੰਦਾ ਇੱਕ ਉਂਗਲ ਤੇਰੇ ਉਧਰ ਤੇ ਪੰਜ ਉਂਗਲਾਂ ਚਾਰ ਉਂਗਲਾਂ ਤੇ ਇੰਜ ਜੀ ਜੇ ਪਹਿਲਾਂ ਆਪਣੇ ਆਪ ਦੇਖਣਾ ਪੈਣਾ ਸਾਨੂੰ ਕੋਠੀਆਂ ਤੋਂ ਖਰੀਦਣ ਤੋਂ ਪਹਿਲਾਂ ਘਰ ਬਣਾਉਣ ਤੋਂ ਪਹਿਲਾਂ ਉਹਨੂੰ ਛੀਛੇ ਨੋਣੇ ਚਾਹੀਦੇ ਇਸ ਨੂੰ ਮੈਂ ਪਈ ਜਦੋਂ ਨਾ ਵੀਰਾਂ ਤੋਂ ਲੈਤੀਏ ਵੀ ਪਤਾ ਲੱਗੇ ਵੀ ਹਾਂ ਯਾਰ ਮੈਂ ਹੀ ਨੁਮੇ ਪਿਆ ਆ ਅੱਜ ਮੈਂ ਕਿੰਨਾ ਘਮੜਾ ਕਰਕੇ ਆਇਆ ਸਰਕਾਰਾਂ ਨੂੰ ਮਾਣਾ ਕਹੇ ਆ ਉੱਥੇ ਰਹਿਣੀ ਆ ਜੇ ਚਲ ਗਈਆਂ ਉਹ ਵੀ ਕਹੇ ਆ ਉਹ ਹੀ ਰਹਿਣੀ ਆ ਜਾ ਕੇ ਬਾਹਰ ਚ ਕਹਿਣਗੇ ਵੀ ਇਹਨਾਂ ਟਾੜੇ ਮੁੰਡੇ ਇਹ ਨਹੀਂ ਕੀਤਾ ਹੋਈ ਸਰਕਾਰ ਦੇ ਕੱਢੂਗਾ ਵੀ ਜਾਉ ਮੈਂ ਵੇਖਣ ਡੇ ਕੋਈ ਨਹੀਂ ਮੈਂ ਬਹਿ ਬਣਾਉਂ ਮੈਂ ਮੇਰੀ ਸੱਲਾਹ ਲੈਣ ਦੀ ਮੈਂ ਗੀਤ ਵਾਲਾ ਦੀ। ਕੀ ਹਾਲੇ ਲੋੜ ਨਹੀਂ ਪਈ ਮੈਨੂੰ ਲੰਦਾ ਆਈਂ ਪਈਆਂ ਗੱਲਾਂ ਪਈ ਮਾੜੇ ਲੱਗਾਂ। ਆਈਂ ਆਪਣੇ ਨੂੰ ਆਈਂ ਵੇਖੇ ਸ਼ੀਸ਼ੇ ਤੁਰਦੇ ਆਂ ਗੱਲ ਆਈਂ ਕਰਨ ਤੋਂ ਪਹਿਲਾਂ ਮੈਂ ਇਹ ਸਕ੍ਰਿਪਟ ਲਿਖੀ ਜਾਂ ਨਾ ਕੁਝ ਕੀਤਾ ਵਾ। ਸਿਰਫ ਆਂ ਡੇਟਸ ਹਨ ਨਾ ਤੇ ਪਾਲਟੀਆਂ ਦਾ ਨਾਮ ਲੈ ਔਰ ਪਿਓ ਰੋ ਟਾਕੀ ਤੇ ਔਰ ਰੋ ਟੋਕੀ ਤੇ ਪੂਰੀ ਜੋ ਦਿਮਾਗ ਚ ਆ ਰਿਹਾ। ਮੈਂ ਤਾਂ 10 ਸਾਲ ਦਾ ਤਜਰਬਾ ਇੰਨਾ ਕਹਿਣਾ ਮੈਂ ਸਪੂਰਾ ਨੇ ਛੋੜਨਾ ਚਾਹੁੰਦਾ। ਮੈਂ ਪੋਡਕਾਸਟ ਇੰਨੇ ਕਰਨੇ ਚਾਹੁੰਦਾ ਵੀ ਮੇਰੇ ਕੋ ਖਤਮ ਹੋ ਜਾਣ ਟੋਪਿਕ ਫਿਰ ਮੈਂ ਅਗਲਾ ਕੰਮ ਕੈਂਪਿੰਗ ਕਰਾ ਕਰਨੀ ਹੈ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ OTT ਤੇ ਵੀ ਸੁਣਦੇ ਆ ਤੇ ਸਭ ਤੋਂ ਜ਼ਿਆਦਾ ਉਹਨਾਂ ਵਾਸਤੇ ਬਣਾਉਣ ਦਾ ਪੋਡਕਾਸਟ ਵੀ ਬਾਹਰ ਆਇਆ ਆ ਪੰਜਾਬੀ ਵੀਡੀਓ ਵਾਲੇ ਸੁਣਦੇ ਆ ਦਮਨ ਦੀਵਿ ਸਟੇਟ ਚ ਵੀ ਸੁਣਦੇ ਜਿੱਥੇ ਬਹੁਤ ਘੱਟ ਪਾਪੂਲੇਸ਼ਨ ਦਾ ਇੱਕ ਵੱਖਰੀ ਸਟੇਟ ਆ ਤੇ ਉਸ ਤੋਂ ਬਾਅਦ ਦਿੱਲੀ ਚ ਲੋਕ ਸੁਣਦੇ ਬਾਕਾਇਦਾ ਵਾਲੀ ਪੰਜਾਬ ਚ ਲੋਕ ਬਹੁਤ ਘੱਟ ਸੁਣਦੇ ਆ ਕਿਉਂ ਲੋਕ ਅਦਰ ਸਟੇਟਾਂ ਦਾ ਮਤਲਬ ਕਿਉਂ ਪੰਜਾਬ ਤੇ ਵੇਖਿਆ ਕਿਉਂ ਘੱਟ ਸੁਣਦੇ ਆ ਆਪਾਂ ਨੂੰ ਪਤਾ ਕਿਉਂ ਐਂਟਰਟੇਨਮੈਂਟ ਪਸੰਦ ਹਨ ਕੋਮੇਡੀ ਫਨੀ ਮੀਮਸ ਪਸੰਦ ਹਨ ਨੌਲੇਜ ਨਹੀਂ ਪਸੰਦ ਉਹ ਦਾ ਨਿਸ਼ਾਨਤ ਹਨ ਉਹ ਚੀਜ਼ ਆ ਤੇ ਫਿਰ ਕਿ ਅਨੰਦ ਇਹੋ ਚੀਜ਼ ਆ ਪੜ੍ਹੇ ਲਿਖੇ ਨਾਲ ਪੜ੍ਹਨੇ ਅਸੀਂ ਕਿਉਂ ਨਾਲ ਚਾਉਂਦੇ ਸਾਨੂੰ ਗਿਣਨ ਤੋਂ ਇਲਾਵਾ ਸਾਨੂੰ ਆਪ ਆਪਨੇ ਹਾਮ ਨੂੰ ਆ ਵੀ ਗਣਨੀ ਆਹੀਂ ਪਰ ਘਾਟੇ ਪੜੇ ਆਹੀਂ ਪੜ੍ਹਨ ਜੋ ਨਹੀਂ ਸਿੱਧੀ ਕਰਨ ਪਰ ਉਹ ਸਮਝਦਾਰੀ ਇੱਕ ਵੱਖਰੀ ਗੱਲ ਹੁੰਦੀ ਹੈ ਇਹ ਗਿਆਨ ਵੱਖਰਾ ਗੱਲ ਹੁੰਦੀ ਹੈ ਗਿਆਨ ਮਾਤਰਾ ਤੋਂ ਮਿਲਦਾ ਪੜਾਈ ਸਕੂਲਾਂ ਚੋਂ ਨਾਲਜਾ ਤੋਂ ਹਨ ਇਹਨਾਂ ਚ ਮਿਲਦੀ ਆ ਗਿਆਨ ਮਾਤਰਾ ਤੋਂ ਮਿਲਦਾ ਉਹ ਹੁੰਦਾ ਲਾਈਫਟਾਈਮ ਵਰਕ ਉਹ ਲਾਈਫਟਾਈਮ ਕੰਮ ਆਉਗਾ ਤੁਮ ਤੇ ਜਿਹੜਾ ਤੁਹਾਡਾ ਗਿਆਨ ਆ ਸਕੂਲ ਤੋਂ ਹੀ ਸਕੂਲਾਂ ਚ ਪੰਜ ਸਾਲ ਸੜਦਾ ਕਰੀਦੇ ਆਪਾਂ ਜਦੋਂ ਛੋਟਾ ਬੱਚਾ ਹੁੰਦਾ ਨਾ ਪਹਿਲਾਂ ਸਕੂਲ ਚ ਪੜਦਾ ਲੱਗੇ ਜੀ ਉਦੋਂ ਪਹਿਲਾਂ ਪਨਾ ਗੇਮ ਪਰ ਉਸ ਤੋਂ ਬਾਅਦ ਜਦੋਂ ਉਹ ਥੋੜਾ ਬੱਚਾ ਵੱਡਾ ਹੁੰਦਾ ਫਿਰ ਉਹਨੂੰ ABC ਸਿਖਾਉਂਦੇ ਊੜਾੜਾ I D ਸੱਸਾ ਖ ਖ ਗ ਹ ਸਾਰਾ ਸਿਖਾਉਂਦੇ। ਦਨੋਂ ਤੋਂ ਬਾਅਦ ਅੱਖਰ ਜੋੜ ਕੇ ਉਹਨੂੰ ਨਾਮ ਸਿਖਾਉਂਦੇ ਆ ਬੇਟਾ ਆਹ ਤੇਰਾ ਨਾਮ ਸੀਗਾ। ਹਨਾ ਫਿਰ ਉਹ ਨਾਮ ਪੜ੍ਹਨਾ ਹੁੰਦਾ ਵਾਕਿਆ ਮੇਰਾ ਇੰਨਾ ਸੋਹਣਾ ਨਾਮ। ਫਿਰ ਉਸ ਤੋਂ ਬਾਅਦ ਉਹ ਅੱਗੇ ਜਾਂਦਾ ਵਕ ਦਨ ਉਹਦੇ PS2 ਤੱਕ ਜਦੋਂ ਜਾਂਦਾ ਉਹਨੂੰ ਸਾਰਾ ਦੁਨੀਆਦਾਰੀ ਹਿਸਟਰੀ ਸਾਰਾ ਕੁਝ ਪਤਾ ਲੱਗ ਜਾਂਦਾ। ਉਹ ਸੇ ਚੀਜ਼ਾਂ ਦੇ ਵਿੱਚ ਹੀ ਬੰਦਾ ਬੜੀ ਚੀਜ਼ਾਂ ਦੇ ਪਰਖਾ ਕਰਨ ਦਾ ਹੈ ਬੰਦਾ ਮੱਕੀ ਨੂੰ ਰੋਟੀ ਖਾਣ ਦਾ ਵੀ ਮੈਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਰੋਟੀ ਸਵਾਦ ਆ ਕਿਹੜਾ ਰੈਸਟੋਰੈਂਟ ਵਧੀਆ ਕਿਹੜਾ ਮਹੱਲਾ ਵਧੀਆ ਕਿਹੜੀ ਸਟੇਟ ਵਧੀਆ ਕਿਹੜੀ ਕੰਟਰੀ ਵਧੀਆ ਕਿੰਨੇ ਤਰ੍ਹਾਂ ਦੇ ਕੱਟਟਾਣੇ ਬੜਾ ਕੁਝ ਸਿੱਖਦਾ ਉਹ ਵੀ ਉਹ ਤਾਂ ਪੀ ਐਚ ਡੀ ਨਾਲ ਦੇ ਜਾ ਕੇ ਸਿੱਖਦਾ ਫਿਰ ਆਖਣ ਨੂੰ ਆ ਕੇ ਜੇਪੇ ਚ ਹੱਥ ਦੇ ਕੇ ਤੇ ਫਿਰ ਉਹ ਕਈ ਪਰੀਖਿਆ ਕਈ ਜਣ ਵੀ ਸਰਕਾਰਾਂ ਮਾੜੀਆਂ ਵਾ ਤੇ ਐਂ ਸਰਕਾਰਾਂ ਦੇ ਕੰਮ ਨਹੀਂ ਆਈ ਤੇ ਸਰਕਾਰਾਂ ਨੇ ਸਾਨੂੰ ਠੱਗ ਲਿਆ ਫਲਾਣ ਕਿੰਗ ਗੱਲ ਹੈ ਤੇ ਸਾਡੀ ਪੜਾਈ ਕਿੱਥੇ ਕੰਮ ਆਈ ਮੈਨੂੰ ਇਹ ਦੱਸੋ ਹ ਜੇ ਹੀ 12 ਸਾਲੋਂ ਦੇ ਪਿੱਛੇ ਪੜ੍ਹਾਈ ਕੀਤੀ ਅਸਲ ਤੌਰ ਤੇ ਹੀ ਟਾਈਮ ਲਾਇਆ ਤੇ ਪੜ੍ਹਾਈ ਪਿੱਛੇ ਟਾਈਮ ਲਾਇਆ 12 ਸਾਲ 12 ਕਰ ਨੂੰ ਟਾਈਮ ਲੱਗ ਜਾਣਾ ਉਹ ਲੱਕੀ ਜੀ ਯੂਕੇ ਜੀ ਤੇ 13 14 ਸਾਲ ਲੱਗੇ ਹਨਾ 13 14 ਸਾਲ ਤੇ ਮੈਂ ਉਹ ਹੀ 17 18 ਦਾ ਹੈ ਉਹ ਹੀ ਜਿਹਦਾ ਫਿਰ ਆ ਜਣੇ ਦੋਸਤੋਂ ਹੋਰ ਕੱਖ ਨਹੀਂ ਤੇ ਬਸ ਫਿਰ ਇੱਥੇ ਆਪਾਂ ਕਰਦੇ ਪੰਜ ਦੀਆਂ ਗੱਲਾਂ ਬਾਤਾਂ ਕਰਾਂ ਮਿੱਤਰੋ ਥੋੜਾ ਛੋਟੇ ਰੱਖਿਆ ਕਰਨ ਮੇਨੂੰ ਲੱਗਾ ਵੀ ਵੱਡਾ ਹੋ ਗਿਆ ਪੋਡਕਾਸਟ ਤੇ ਮਿਲਦੇ ਮਿੱਤਰੋ ਕਿਸੇ ਹੋਰ ਦਿਨ ਤੇ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਸਾਥੇ ਅਕਾਲ ਜੀ ਮੇਰਾ ਨਾਮ ਤੁਸੀਂ ਜਾਣਦੇ ਚਾਹੁੰਦੇ ਸਿੰਘ ਢਿੱਲੋਂ ਸਬਸਕ੍ਰਾਈਬ ਕਰ ਦਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਸਰੀ ਘਰ ਕਾਲ ਕਰਦੇ ਹੁਣ ਜਾਣਾ ਆਪਾਂ ਸਾਸਰੀ ਨਾਲ ਚੰਗਾ ਬਿੱਤਰ ਫਿਰ ਉਹਰ ਧਿਆਨ ਨਾ ਪਾਇਓ ਸਮਝਦਾਰੀ ਨਾ ਪਾਇਓ ਫਿਰ ਗਾਣਾ ਨਾ ਕੱਢਿਓ ਚੰਗਾ ਜੀ